ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸ਼ੋਅ ਹੈਲਥ ਪਲੱਸ ਤੇ ਮੈਂ ਹਾਂ ਤੁਹਾਡੇ ਨਾਲ ਪ੍ਰੀਤ। ਤੇ ਸਾਡੇ ਇਸ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਹਾਨੂੰ ਆਯੁਰਵੇਦ ਤਰੀਕੇ ਦੇ ਨਾਲ ਮੁਕਤ ਕਰਵਾਉਣ ਦੇ ਲਈ ਸਾਡੇ ਨਾਲ ਮੌਜੂਦ ਨੇ ਜੀ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ ਹਮੇਸ਼ਾ ਹੀ ਹੁੰਦੇ ਨੇ ਤੇ ਅੱਜ ਲਾਈਵ ਉਹ ਸਾਡੇ ਨਾਲ ਨੇ। ਸੋ ਜੀ, ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ, ਤੁਸੀਂ ਨੋਟ ਕਰ ਲਓ ਪਹਿਲਾਂ ਹੀ। ਕੋਈ ਵੀ ਪ੍ਰੋਬਲਮ ਹੈਗੀ ਹੈ ਹੈਲਥ ਨੂੰ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ, ਲਾਈਵ ਸ਼ੋਅ ਦੇ ਵਿੱਚ ਵੀ ਕਾਲ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਬਾਕੀ ਆਯੁਰਵੇਦ ਤਰੀਕੇ ਦੇ ਨਾਲ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ। 31 ਸੈਂਟਰਸ ਨੇ, ਜਿਵੇਂ ਬਹੁਤ ਸਾਰੀ ਸਾਡੇ ਵਿਊਅਰਸ ਨੂੰ ਪਤਾ ਹੈ, ਪਰ ਜਿਹੜੇ ਨਵੇਂ ਵਿਊਅਰਸ ਜੁੜਦੇ ਨੇ ਉਹਨਾਂ ਨੂੰ ਆਪਾਂ ਸਟਾਰਟ ਦੇ ਵਿੱਚ ਹੀ ਦੱਸ ਦਿੰਦੇ ਹਾਂ ਕਿ ਆਯੁਰਵੇਦ ਤਰੀਕੇ ਦੇ ਨਾਲ ਹਰ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਡਾਕਟਰ ਨਵਦੀਪ ਸ਼ਰਮਾ ਵੱਲੋਂ ਕੀਤਾ ਜਾਂਦਾ ਹੈ। ਅਤੇ ਨਾਲ ਦੀ ਨਾਲ USA ਦੀ ਜਿਹੜੀ ਆਡੀਅੰਸ ਹੈ ਉਹ ਹੈਲਪਲਾਈਨ ਨੰਬਰ ਫਲੈਸ਼ ਹੋ ਰਹੇ ਨੇ। USA ਦੇ ਵਿੱਚ ਇਹਨਾਂ ਦੇ ਸੈਂਟਰਸ ਹੈਗੇ ਨੇ, ਕੈਲੀਫੋਰਨੀਆ ਦੇ ਵਿੱਚ, ਸੀਐਟਲ ਦੇ ਵਿੱਚ, ਫਲੋਰੀਡਾ ਦੇ ਵਿੱਚ ਹੈਗਾ, ਮਿਸ਼ੀਗਨ ਦੇ ਵਿੱਚ ਹੈਗਾ, ਐਰੀਜ਼ੋਨਾ ਦੇ ਵਿੱਚ ਹੈ। ਸੋ ਬਹੁਤ ਸਾਰੀ ਜਗ੍ਹਾ 'ਤੇ ਇਹਨਾਂ ਦੇ ਸੈਂਟਰਸ ਨੇ। ਤੁਸੀਂ ਜੋ ਨੰਬਰ ਹੈਲਪਲਾਈਨ ਨੰਬਰ ਫਲੈਸ਼ ਹੋ ਰਹੇ ਨੇ ਇਹ ਨੰਬਰ ਨੋਟ ਕਰਕੇ ਰੱਖ ਲਓ। ਇਹ ਨੰਬਰ ਨੋਟ ਕਰਕੇ ਇਹਨਾਂ 'ਤੇ ਕਾਲ ਕਰਕੇ ਤੁਸੀਂ ਐਡਰੈਸ, ਪ੍ਰੋਪਰ ਐਡਰੈਸ ਲੈ ਸਕਦੇ ਹੋ, ਉੱਥੇ ਵਿਜ਼ਿਟ ਕਰ ਸਕਦੇ ਹੋ। ਪਰ ਬਾਕੀ ਜਿਹੜੀ ਸਾਡੀ ਆਡੀਅੰਸ ਦੇਖ ਰਹੀ ਹੈ, ਜਿਹੜੀ ਨਹੀਂ ਪਹੁੰਚ ਸਕਦੀ ਸੈਂਟਰਸ ਤੱਕ, ਤੁਹਾਨੂੰ ਘਰ ਵੀ ਮੈਡੀਸਿਨਸ ਪਹੁੰਚਾ ਦਿੱਤੀਆਂ ਜਾਣਗੀਆਂ, ਤੁਹਾਨੂੰ ਆਰਡਰਸ ਕਰਨੇ ਪੈਣਗੇ। ਸੋ ਇਸੇ ਦੇ ਲਈ ਹੈਲਪਲਾਈਨ ਨੰਬਰ ਤੁਸੀਂ ਸਟਾਰ ਦੇ ਵਿੱਚ ਹੀ ਜਿਹੜੇ ਨੋਟ ਕਰ ਲਓ। ਸੋ ਅੱਜ ਅਸੀਂ ਮੇਨ ਜਿਹੜੀ ਸਾਡੀ ਡਿਸਕਸ਼ਨ ਹੋਏਗੀ ਉਹ ਹੋਵੇਗੀ ਜੀ ਡਿਪਰੈਸ਼ਨ ਦੀ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਆਪਾਂ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਦੀ ਗੱਲ ਵੀ ਕੀਤੀ ਜਾਵੇ ਤਾਂ ਹਰ ਕੋਈ ਇਨਸਾਨ ਡਿਪਰੈਸ਼ਨ ਦੇ ਵਿੱਚ ਹੈ। ਲਾਈਫ ਸਟਾਈਲ ਇੰਨਾ ਚੇਂਜ ਹੋ ਗਿਆ, ਇੰਨੀਆਂ ਟੈਨਸ਼ਨਸ ਹੋ ਗਈਆਂ ਨੇ ਕਿ ਅਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹਾਂ। ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਪਰ ਨਾਲ ਦੀ ਨਾਲ ਹੋਰ ਕੋਈ ਵੀ ਪ੍ਰੋਬਲਮ ਹੈਗੀ ਤੁਸੀਂ ਸਾਨੂੰ ਕਾਲਸ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਜੀ, ਵੈਲਕਮ ਹੈ ਸਰ। ਸੋ ਸਰ, ਸਟਾਰ ਦੇ ਵਿੱਚ ਹੀ ਪਹਿਲਾਂ ਆਪਾਂ ਕਾਲ ਲੈ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਡਿਪਰੈਸ਼ਨ ਬਾਰੇ ਡਿਸਕਸ ਕਰਾਂਗੇ ਜੀ। ਹਲੇ ਹਲੇ ਹਾਂਜੀ ਕਰੋ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਕੰਨਾਂ ਚ ਸੁਣਨਾ ਜਿਹੜਾ ਘੱਟ ਜਾਂਦਾ ਵਾ, ਉਹਦਾ ਕਾਰਨ ਹੁੰਦਾ ਕਿ ਜਿਹੜੀ ਸਾਡੀ ਆਡੀਟਰੀ ਨਰਵ ਹੈ, ਜਿਹੜੀ ਨਰਵ ਮੈਸੇਜ ਲੈ ਕੇ ਜਾ ਰਹੀ ਹੈ ਸਾਡੇ ਕੰਨ ਦੇ ਪਰਦੇ ਤੋਂ ਸਾਡੇ ਬ੍ਰੇਨ ਤੀਕਨ, ਉਹ ਵੀਕ ਹੋ ਗਈ ਹੁੰਦੀ ਹੈ। ਇਹਦੇ ਵਾਸਤੇ ਦੋ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਜੀ। ਇੱਕ ਤਾਂ ਕੁਛ ਖਾਸ ਓਇਲਸ ਹੁੰਦੇ ਨੇ ਜਿਹੜੇ ਕਿ ਆਪਾਂ ਕੰਨ ਵਿੱਚ ਪਾਉਣ ਵਾਸਤੇ ਦਿੰਦੇ ਹਾਂ, ਜਿਹਨੂੰ ਕਿ ਕਰਨ ਪੂਰਨ ਕਹਿੰਦੇ ਨੇ। ਇੱਕ ਖਾਸ ਮੈਥਡ ਦੇ ਨਾਲ ਇਹਨਾਂ ਓਇਲਸ ਨੂੰ ਕੰਨ 'ਚ ਪਾਉਣਾ ਹੁੰਦਾ ਵੈ, ਅਤੇ ਕੁਛ ਖਾਣ ਵਾਲੀਆਂ ਐਸੀਆਂ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਕਿ ਉਹਨਾਂ ਨਰਵਸ ਨੂੰ ਰਿਪੇਅਰ ਕਰਦੀਆਂ ਨੇ। ਬਾਕੀ ਤੁਸੀਂ ਘਰ 'ਚ, ਮੈਂ ਇੱਕ ਚੀਜ਼ ਚਾਹਾਂਗਾ ਨਾਲ ਹੀ ਸ਼ੁਰੂ ਕਰ ਲਓ, ਇਹਦੇ ਵਾਸਤੇ ਤੁਸੀਂ ਥੋੜ੍ਹਾ ਜਿਹਾ ਲਸਣ ਲੈਣਾ ਜੀ। ਲਸਣ ਦੇ ਅੰਦਰ ਮੰਨ ਲਓ ਤੁਸੀਂ ਲਸਣ ਲੈ ਲਓ ਤਕਰੀਬਨ ਕੋਈ 5 ਗ੍ਰਾਮ। 5 ਗ੍ਰਾਮ ਲਸਣ ਦੇ ਵਿੱਚ ਤੁਸੀਂ ਪਾ ਲਓ ਤਕਰੀਬਨ 100 ਗ੍ਰਾਮ ਦੁੱਧ ਅਤੇ 100 ਗ੍ਰਾਮ ਹੀ ਪਾਣੀ। ਹੁਣ ਤੁਸੀਂ ਇਹਨੂੰ ਬਿਲਕੁਲ ਹੌਲੀ ਹੌਲੀ ਗੈਸ 'ਤੇ ਰੱਖ ਦਵੋ, ਜਦੋਂ ਪਾਣੀ ਸਾਰਾ ਸੁੱਕ ਜਾਵੇ ਜਿਹੜਾ ਦੁੱਧ ਆ ਉਹਨੂੰ ਛਾਣ ਕੇ ਤੁਸੀਂ ਪੀ ਜਾਵੋ। ਇੱਕ ਤਾਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰੋ। ਇਸ ਤੋਂ ਇਲਾਵਾ ਦਵਾਈਆਂ ਬਿਲਕੁਲ ਇਹਦੇ ਵਾਸਤੇ ਅਵੇਲੇਬਲ ਨੇ ਜੀ, ਤੁਸੀਂ ਚਾਹੋਗੇ ਤਾਂ ਤੁਹਾਡਾ ਆਪਾਂ ਉਹਨਾਂ ਮੈਡੀਸਿਨਸ ਨਾਲ ਵੀ ਟ੍ਰੀਟਮੈਂਟ ਕਰ ਸਕਦੇ ਹਾਂ, ਤੁਹਾਨੂੰ ਕਾਫੀ ਜਲਦੀ ਰਿਕਵਰੀ ਮਿਲ ਜਾਏਗੀ ਉਸ ਚੀਜ਼ 'ਚ। ਜੀ ਬਿਲਕੁਲ ਜੀ, ਦਵਾਈਆਂ ਤੁਸੀਂ ਘਰ ਬੈਠੇ ਮੰਗਾ ਸਕਦੇ ਹੋ, ਨੰਬਰ ਫਲੈਸ਼ ਹੋ ਰਹੇ ਨੇ ਨਾ ਜਿਹੜੇ, ਇਹ ਨੰਬਰ ਨੋਟ ਕਰ ਲਓ, ਠੀਕ ਹੈ? ਹਾਂਜੀ ਓਕੇ, ਫਿਰ ਦਵਾਈਆਂ ਘਰ ਬੈਠ ਹਾਂਜੀ ਸਤਿ ਸ਼੍ਰੀ ਅਕਾਲ ਸੋ ਸਰ ਡਿਪਰੈਸ਼ਨ ਦੀ ਆਪਾਂ ਗੱਲ ਸ਼ੁਰੂਆਤ ਕੀਤੀ ਸੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਇਹ ਜੋ ਹੋ ਜਾਂਦੀ ਹੈ ਤਾਂ ਵੀ
ਜਾਂਦੇ ਸੀ ਔਰ ਹਨੇਰਾ ਹੁੰਦੇ ਹੁੰਦੇ ਤੱਕ ਉਹ ਲੋਕ ਸੋ ਜਾਂਦੇ ਸੀ। ਸਵੇਰੇ ਜਿਸ ਤਰ੍ਹਾਂ ਹੀ ਦਿਨ ਚੜ੍ਹਦਾ ਸੀ ਸੂਰਜ ਦੇ ਉੱਗਣ ਤੋਂ ਪਹਿਲੇ ਜਿਹੜੇ ਲੋਕ ਨੇ ਉੱਠਦੇ ਸੀ ਆਪਣਾ ਨਿਤਨੇਮ ਕਰਦੇ ਸੀ ਫਿਰ ਆਪਣਾ ਕੰਮ ਸ਼ੁਰੂ ਕਰ ਦਿੰਦੇ ਸੀ। ਮਤਲਬ ਸਲੀਪਿੰਗ ਆਰਸ ਜਿਹੜੇ ਸੀ ਉਹ ਕਾਫੀ ਜਲਦੀ ਵਾਲੇ ਸੀ ਅਤੇ ਵੇਕਿੰਗ ਆਪਾਰਸ ਕਾਫੀ ਅਰਲੀ ਸੀ, ਜਿਹਨੂੰ ਆਪਾਂ ਕਹਿੰਦੇ ਅਰਲੀ ਟੂ ਬੈਡ ਐਂਡ ਅਰਲੀ ਟੂ ਰਾਈਜ਼ ਮੇਕਸ ਅ ਮੈਨ ਹੈਲਦੀ ਵੈਲਦੀ ਐਂਡ ਵਾਈਸ, ਉਹ ਕੋਨਸੈਪਟ ਸੀ ਜੀ ਬਿਲਕੁਲ। ਬਟ ਅੱਜ ਚੇਂਜ ਲਾਈਫ ਸਟਾਈਲ ਕਰਕੇ ਇਹ ਬਿਲਕੁਲ ਉਲਟਾ ਹੋ ਗਿਆ। ਅੱਜ ਆਪਾਂ ਲੇਟ ਤੋਂ ਲੇਟ ਸੋਂਦੇ ਹਾਂ ਅਤੇ ਲੇਟ ਤੋਂ ਲੇਟ ਉੱਠਦੇ ਹਾਂ। ਹੁਣ ਉਹਦਾ ਸਭ ਤੋਂ ਮੇਜਰ ਨੁਕਸਾਨ ਕੀ ਹੋਇਆ ਵਾ ਕਿ ਸਾਡੇ ਬ੍ਰੇਨ ਦੇ ਅੰਦਰ ਇੱਕ ਹਾਰਮੋਨ ਹੈ ਜਿਹਨੂੰ ਕਹਿੰਦੇ ਹਾਂ ਹਾਰਮੋਨ ਆਫ ਹੈਪੀਨੈਸ, ਇਹਨੂੰ ਸੀਰੋਟੋਨਿਨ ਕਿਹਾ ਜਾਂਦਾ ਵਾ। ਸੀਰੋਟੋਨਿਨ ਸਾਡੀ ਬੋਡੀ ਜਦੋਂ ਆਪਾਂ ਸੁੱਤੇ ਹੁੰਦੇ ਹਾਂ ਔਰ ਰਿਲੈਕਸ ਸੁੱਤੇ ਹੁੰਦੇ ਹਾਂ ਇੱਕ ਪਰਟੀਕੁਲਰ ਟਾਈਮ ਦੇ ਉੱਪਰ, ਉਦੋਂ ਪ੍ਰੋਡਿਊਸ ਕਰਦੀ ਹੈ। ਆਪਾਂ ਜਦੋਂ ਸੋਨੇ ਵੀ ਹਾਂ ਤਾਂ ਆਪਾਂ ਦੋ ਤਰ੍ਹਾਂ ਦੀਆਂ ਸਲੀਪਸ ਅੰਦਰ ਸੋਨੇ ਹਾਂ, ਇੱਕ ਰੈਪਿਡ ਆਈ ਮੂਵਮੈਂਟ ਸਲੀਪ ਅਤੇ ਇੱਕ ਨੋਨ ਰੈਪਿਡ ਆਈ ਮੂਵਮੈਂਟ ਸਲੀਪ। ਮਤਲਬ ਇੱਕ ਉਹ ਵਾਲੀ ਨੀਂਦਰ ਜਿਹਦੇ 'ਚ ਸਾਡੀਆਂ ਅੱਖਾਂ ਦੀ ਹਲਕੀ ਹਲਕੀ ਮੂਵਮੈਂਟ ਹੋ ਰਹੀ ਹੁੰਦੀ। ਤੁਸੀਂ ਕਦੀ ਦੇਖੋਗੇ ਅਗਰ ਇੱਕ ਬੱਚਾ ਛੋਟਾ ਸੁੱਤਾ ਹੋਏਗਾ ਉਹਦੀਆਂ ਅੱਖਾਂ ਬੰਦ ਹੋਣਗੀਆਂ ਬਟ ਉਹਦੇ ਜਿਹੜੇ ਆਈ ਬੋਲਸ ਅੰਦਰ ਉਹ ਘੁੰਮ ਰਹੇ ਹੋਣਗੇ।
ਜਦਕਿ ਵਿੱਚ ਐਸੀਆਂ ਫੇਸਿਸ ਵੀ ਆਉਂਦੀਆਂ ਨੇ ਕਿ ਜਦੋਂ ਆਈਬਾਲਸ ਨਹੀਂ ਘੁੰਮ ਰਹੇ ਹੁੰਦੇ। ਇਹ ਦੋ ਤਰ੍ਹਾਂ ਦੀਆਂ ਸਲੀਪਸ ਨੇ। ਇਹ ਤੋਂ ਜਦੋਂ ਬੰਦਾ ਗਹਿਰੀ ਸਲੀਪ 'ਚ ਜਾਂਦਾ ਵਾ, ਜਿਹੜੀ ਕਿ ਨੋਨ ਰੈਪਿਡ ਆਈ ਮੂਵਮੈਂਟ ਸਲੀਪ ਹੈ, ਉਸ ਵੇਲੇ ਸਾਡੇ ਬ੍ਰੇਨ 'ਚ ਸੀਰੋਟੋਨਿਨ ਦਾ ਲੈਵਲ ਵੱਧਦਾ ਵਾ, ਜਿਹੜਾ ਕਿ ਬੜਾ ਹਾਰਮੋਨ ਆਫ ਹੈਪੀਨੈਸ ਹੈ। ਬਿਲਕੁਲ ਜੀ। ਤੇ ਕਿਉਂਕਿ ਉਹ ਆਪਾਂ ਸਲੀਪਿੰਗ ਆਰਜ ਹੀ ਚੇਂਜ ਕਰ ਦਿੱਤੇ, ਇਸ ਕਰਕੇ ਉਸ ਗਹਿਰੀ ਸਲੀਪ 'ਚ ਬੰਦਾ ਜਾ ਹੀ ਨਹੀਂ ਪਾਉਂਦਾ, ਕਿਉਂਕਿ ਉਹ ਸਲੀਪਿੰਗ ਦਾ ਟਾਈਮ ਹੈ ਸ਼ਾਮੀ ਜਲਦੀ ਤੋਂ ਲੈ ਕੇ ਸਵੇਰੇ ਅਰਲੀ ਮਾਰਨਿੰਗ ਤੱਕ। ਬਿਲਕੁਲ। ਔਰ ਇਹੀ ਕਾਰਨ ਹੈ ਸੀਰੋਟੋਨਿਨ ਘੱਟ ਬਣ ਰਹੀ ਹੈ, ਲੋਕ ਡਿਪਰੈਸ਼ਨ 'ਚ ਜਾ ਰਹੇ ਨੇ ਜੀ। ਸੋ ਪੂਰਾ ਹੀ ਲਾਈਫ ਸਟਾਈਲ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਚੇਂਜ ਹੁੰਦਾ ਜਾ ਰਿਹਾ। ਸੋ ਸੌਣ ਦੇ ਵਕਤ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਟੈਨਸ਼ਨਸ ਜਿਹੜੀਆਂ ਉਹ ਦਿਮਾਗ ਦੇ ਵਿੱਚ ਹੁੰਦੀਆਂ ਨੇ, ਸੋ ਪ੍ਰੋਪਰ ਤਰੀਕੇ ਦੇ ਨਾਲ ਅਸੀਂ ਸੌ ਨਹੀਂ ਪਾਉਂਦੇ। ਸੋ ਕਾਲਰਸ ਲੈਂਦੇ ਹਾਂ ਜੀ, ਫਿਰ ਆਪਾਂ ਡਿਪਰੈਸ਼ਨ ਟ੍ਰੀਟਮੈਂਟ ਦੀ ਵੀ ਗੱਲ ਕਰਾਂਗੇ। ਹਲੇ ਹਲੇ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂ, ਅਸੀਂ ਤੁਹਾਡੀ ਇਹ ਕਾਲਿੰਗ ਦੇਖੀ ਸੀ ਇੱਥੇ ਜੀ। ਹਾਂਜੀ ਹਾਂਜੀ ਸਰ ਜੀ। ਉਹ ਆਪਾਂ ਡਿਪਰੈਸ਼ਨ ਦੇ ਵਾਸਤੇ ਕੀ ਕਰ ਸਕਦੇ ਹਾਂ? ਦੇਖੋ ਸਰ, ਡਿਪਰੈਸ਼ਨ ਵਾਸਤੇ ਸਾਨੂੰ ਸਭ ਤੋਂ ਪਹਿਲੇ ਤਾਂ ਚਾਹੀਦਾ ਕਿ ਆਪਣੇ ਸਲੀਪਿੰਗ ਆਰਟਸ ਬੈਟਰ ਕਰੀਏ। ਜਿਸ ਤਰ੍ਹਾਂ ਕਿ ਮੈਂ ਦੱਸ ਰਿਹਾ ਸੀ, ਕੋਸ਼ਿਸ਼ ਕਰੋ ਖਾਣਾ ਥੋੜ੍ਹੀ ਜਲਦੀ ਖਾਓ, ਥੋੜ੍ਹੀ ਜਲਦੀ ਸੋਵੋ, ਅਤੇ ਸਵੇਰੇ ਥੋੜ੍ਹਾ ਜਲਦੀ ਉੱਠੋ ਜੀ। ਜਦੋਂ ਸਵੇਰੇ ਉੱਠੋ ਤਾਂ ਇੱਕ ਪ੍ਰਾਣਾਯਾਮ ਹੈ ਜਿਹਨੂੰ ਕਹਿੰਦੇ ਆ ਭਰਾਮਰੀ ਪ੍ਰਾਣਾਯਾਮ। ਭੰਵਰਾ ਜਿਸ ਤਰ੍ਹਾਂ ਊਂ ਕਰਦਾ ਨਾ, ਇਸ ਤਰ੍ਹਾਂ ਭਰਾਮਰੀ ਪ੍ਰਾਣਾਯਾਮ ਹੁੰਦਾ, ਬਜ਼ਿੰਗ ਸਾਊਂਡ ਦੇ ਨਾਲ ਉਹ ਪ੍ਰਾਣਾਯਾਮ ਹੁੰਦਾ ਵਾ। ਤੁਸੀਂ ਮੇਰੇ ਯੂਟਿਊਬ ਚੈਨਲ 'ਤੇ ਦੇਖ ਵੀ ਸਕਦੇ ਹੋ ਭਰਾਮਰੀ ਪ੍ਰਾਣਾਯਾਮ ਕਿਸ ਤਰ੍ਹਾਂ ਕਰੀਦਾ ਵਾ। ਤਕਰੀਬਨ 10 ਤੋਂ 15 ਮਿੰਟ ਤੁਸੀਂ ਭਰਾਮਰੀ ਪ੍ਰਾਣਾਯਾਮ ਕਰੋ, ਉਹਦੇ ਨਾਲ ਤੁਹਾਡੀ ਬਾਡੀ 'ਚ ਸੀਰੋਟੋਨਿਨ ਦਾ ਲੈਵਲ ਵਧੇਗਾ। ਇਸ ਤੋਂ ਇਲਾਵਾ ਕੁਛ ਐਸਾ ਆਹਾਰ ਹੈ ਜਿਹਨੂੰ ਕਿ ਤਾਮਸਿਕ ਆਹਾਰ ਕਹਿੰਦੇ ਆ। ਤਾਮਸਿਕ ਆਹਾਰ 'ਚ ਖਾਸ ਤੌਰ 'ਤੇ ਉਹ ਖਾਣਾ ਆ ਜਾਂਦਾ ਜਿਹੜਾ ਆਪਾਂ ਪੁਰਾਣਾ ਖਾਣਾ ਖਾਂਦੇ। ਮੰਨ ਲਓ ਸਬਜ਼ੀ ਆਪਾਂ 2 ਦਿਨ ਪਹਿਲੇ ਬਣਾਈ ਹੈ, ਫ੍ਰਿਜ 'ਚ ਰੱਖਤੀ ਹੈ ਅਤੇ ਹੁਣ ਗਰਮ ਕਰਕੇ ਫੇਰ ਖਾ ਰਹੇ ਹਾਂ, ਉਹ ਤਾਮਸਿਕ ਹੋ ਜਾਂਦੀ ਹੈ। ਕੋਸ਼ਿਸ਼ ਕਰੋ ਘੱਟ ਖਾਓ ਅਤੇ ਤਾਜ਼ਾ ਖਾਓ। ਇਸ ਤੋਂ ਇਲਾਵਾ ਕੁਛ ਫਰੂਟਸ ਨੇ, ਖਾਸ ਤੌਰ 'ਤੇ ਪੇਠਾ। ਪੇਠਾ ਜਿਹੜਾ ਵਾ ਉਹ ਇੱਕ ਐਸਾ ਫਰੂਟ ਹੈ ਜਿਹੜਾ ਆਪਾਂ ਸਬਜ਼ੀ ਦੇ ਫੋਰਮ 'ਚ ਵੀ ਯੂਜ਼ ਕਰਦੇ ਹਾਂ ਔਰ ਮਿਠਾਈ ਦੇ ਫੋਰਮ 'ਚ ਵੀ ਮਿਲਦਾ ਵਾ। ਨੈਚੁਰਲ ਐਂਟੀ ਡਿਪਰੈਸੈਂਟ ਹੈ ਜੀ। ਕੋਸ਼ਿਸ਼ ਕਰੋ ਕਿ ਆਪਣੇ ਖਾਣ ਪੀਣ 'ਚ ਤੁਸੀਂ ਪੇਠੇ ਦਾ ਜਿਹੜਾ ਯੂਜੇਜ ਆ ਉਹ ਵਧਾ ਦਿਓ। ਔਰ ਅਗਰ ਆਪਾਂ ਕੁਕਿੰਗ ਦੀ ਗੱਲ ਕਰੀਏ ਤਾਂ ਜੀਰਾ, ਜੀਰਾ ਇੱਕ ਨੈਚੁਰਲ ਐਂਟੀ ਡਿਪਰੈਸੈਂਟ ਹੈ। ਕੋਸ਼ਿਸ਼ ਕਰੋ ਆਪਣੀ ਖਾਣ ਪੀਣ ਦੇ ਵਿੱਚ ਥੋੜ੍ਹੇ ਜੀਰੇ ਦੀ ਮਾਤਰਾ ਵਧਾਓ, ਅਤੇ ਖਾਣਾ ਖਾਣ ਤੋਂ ਬਾਅਦ ਸੌਂਫ ਜ਼ਰੂਰ ਖਾਓ ਜੀ। ਇਹ ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਕਰੋ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਆਯੁਰਵੇਦ 'ਚ ਪੰਚਕਰਮਾ, ਸ਼ਿਰੋਧਾਰਾ, ਸ਼ਿਰੋਬਸਤੀ ਇਹੋ ਜਿਹੀਆਂ ਥੈਰੇਪੀਜ਼ ਨੇ, ਔਰ ਬਹੁਤ ਸਾਰੀਆਂ ਮੈਡੀਸਿਨਸ ਵੀ ਨੇ ਜਿਹੜੀਆਂ ਹਰਬਲ ਕੰਬੀਨੇਸ਼ਨਸ ਹੈ ਜਿਨ੍ਹਾਂ ਨਾਲ ਤੁਸੀਂ ਡਿਪਰੈਸ਼ਨ ਤੋਂ ਬਾਹਰ ਆ ਸਕਦੇ ਹੋ ਅਗਰ ਤੁਸੀਂ ਡਿਪਰੈਸਡ ਹੋਤੇ ਜੀ। ਬਿਲਕੁਲ ਜੀ। ਸੋ ਜੀ ਓਕੇ, ਹਾਂਜੀ, ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਸੀਗੀਆਂ। ਮੇਰਾ ਲਾਸਟ ਕੁਐਸਚਨ ਇੱਕੋ ਹੀ ਹੈ ਜੀ, ਆਪਾਂ ਡਿਪਰੈਸ਼ਨ ਤੋਂ ਠੀਕ ਆ, ਆਪਾਂ ਕੋਲੈਸਟ੍ਰੋਲ ਦੇ ਵਿੱਚੋਂ ਕਿੱਦਾਂ ਬਾਹਰ ਨਿਕਲ ਸਕਦੇ ਹਾਂ? ਦੇਖੋ, ਅਗਰ ਕੋਲੈਸਟ੍ਰੋਲ ਬੰਦੇ ਦਾ ਵੱਧ ਰਿਹਾ, ਇੱਕ ਤਾਂ ਉਹਨੂੰ ਡਾਇਟ ਕੰਟਰੋਲ ਕਰਨੀ ਪਏਗੀ ਜਿਹਦੇ ਕਰਕੇ ਕਿ ਉਹਦਾ ਕੋਲੈਸਟ੍ਰੋਲ ਵਧਿਆ ਹੋਇਆ, ਕਿਉਂਕਿ ਰੀਜ਼ਨ ਦੂਰ ਕਰਨਾ ਬਹੁਤ ਜ਼ਰੂਰੀ ਹੈ ਜੀ। ਅੱਜ ਆਪਾਂ ਕੋਈ ਵੀ ਦਵਾਈ ਖਾ ਲਈਏ, ਲੇਕਿਨ ਆਪਾਂ ਉਧਰੋਂ ਫਰਾਈਡ ਚੀਜ਼ਾਂ, ਓਇਲੀ ਚੀਜ਼ਾਂ ਖਾਈ ਜੀਏ ਤਾਂ ਕੋਲੈਸਟ੍ਰੋਲ ਵਧਿਆ ਰਹੇਗਾ। ਇੱਕ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਜਿਹੜਾ ਫਰਾਈਡ ਘਟਾਈਏ। ਦੂਜਾ, ਜਿਹੜਾ ਛਾਣ ਬੁਰਾ ਆਉਂਦਾ ਵਾ, ਅੱਜ ਦੀ ਡੇਟ 'ਚ ਅਗਰ ਆਪਾਂ ਆਟਾ ਯੂਜ਼ ਕਰ ਰਹੇ ਨਾ, ਤਾਂ ਆਪਾਂ ਸਾਰਾ ਛਾਣ ਬੁਰਾ ਕਢਵਾ ਕੇ ਯੂਜ਼ ਕਰਦੇ ਹਾਂ, ਜਦਕਿ ਛਾਣ ਬੁਰਾ ਇੱਕ ਨੈਚੁਰਲ ਸਪਲੀਮੈਂਟ ਹੈ ਜਿਹੜਾ ਕਿ ਕੋਲੈਸਟ੍ਰੋਲ ਨੂੰ ਘਟਾਉਂਦਾ ਵਾ। ਕੋਸ਼ਿਸ਼ ਕਰੋ ਕਿ ਭਾਵੇਂ ਤੁਹਾਨੂੰ ਸਪੈਸ਼ਲੀ ਛਾਣ ਬੁਰਾ ਪਰਚੇਜ਼ ਕਰਨਾ ਪਏ, ਉਹ ਛਾਣ ਬੁਰਾ ਆਪਣੇ ਆਟੇ 'ਚ ਮਿਲਾਓ। ਜਦੋਂ ਤੁਸੀਂ ਆਟੇ 'ਚ ਛਾਣ ਬੁਰਾ ਪਾਓਗੇ, ਨੈਚੁਰਲੀ ਤੁਹਾਡਾ ਕੋਲੈਸਟ੍ਰੋਲ ਘਟੇਗਾ। ਥਰਡ ਜਿਹੜੀ ਕਾਮਨ ਚੀਜ਼ ਹੈ, ਲੌਕੀ ਦਾ ਜੂਸ, ਘੀਆ ਤੋਰੀ ਜਿਹਨੂੰ ਆਪਾਂ ਕਹਿੰਦੇ ਹਾਂ, ਘੀਆ ਤੋਰੀ ਬਹੁਤ ਵਧੀਆ ਚੀਜ਼ ਹੈ ਜੀ ਕੋਲੈਸਟ੍ਰੋਲ ਲੈਵਲ ਨੂੰ ਘਟਾਉਣ ਵਾਸਤੇ, ਤੁਸੀਂ ਇਹ ਵੀ ਯੂਜ਼ ਕਰੋ। ਕੰਬੀਨੇਸ਼ਨਸ ਬਹੁਤ ਸਾਰੇ ਆਉਂਦੇ ਨੇ, ਸਾਡੀਆਂ ਵੀ ਮੈਡੀਸਿਨਸ ਆਉਂਦੀਆਂ ਨੇ। ਕਾਰਡੀਓ ਸਪੋਰਟ ਦੇ ਨਾਂ ਤੋਂ ਆਪਾਂ ਇੱਕ ਮੈਡੀਸਿਨ ਤਿਆਰ ਕੀਤੀ ਹੋਈ ਹੈ, ਜਿਹਦੇ 'ਚ ਅਰਜੁਨ ਦੀ ਛਾਲ ਵਗੈਰਾ ਆਪਾਂ ਪਾਈ ਹੈ, ਰੁਦਰਾਕਸ਼ ਪਾਏ ਨੇ, ਇਹੋ ਜਿਹੀਆਂ ਹਰਬਸ ਪਾਈਆਂ ਨੇ ਜਿਹੜੀਆਂ ਕਿ ਕੋਲੈਸਟ੍ਰੋਲ ਵੀ ਘਟਾਉਂਦੀਆਂ ਨੇ ਅਤੇ ਨਾਲ ਬੀਪੀ 'ਤੇ ਵੀ ਕਾਬੂ ਰੱਖਦੀਆਂ ਨੇ। ਜੇ ਬਹੁਤ ਵੱਧ ਰਿਹਾ ਵਾ ਤਾਂ ਤੁਸੀਂ ਇਹੋ ਜਿਹੀ ਵੀ ਕੋਈ ਚੀਜ਼ ਜਿਹੜੀ ਹੈ ਉਹ ਇਸਤੇਮਾਲ ਕਰ ਸਕਦੇ ਹੋ ਜੀ। ਨੋਟ ਕਰਕੇ ਰੱਖ ਲੋ, ਅਗਲੇ ਕਾਲਰ ਲੈ ਲੈਣੇ ਆਪਾਂ। ਹਲੇ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਆ ਕਿ ਉਂਗਲਾਂ ਦੇ ਜੋੜਾਂ ਵਿੱਚ ਦਰਦ ਹੋਣ ਲੱਗ ਪਈ ਆ। ਤੁਹਾਡੀ ਕੀ ਐਗਜ਼ੈਕਟ ਏਜ ਕੀ ਹੈ ਜੀ? ਅਬਾਊਟ 54 ਦੇਖੋ, 54 ਇਅਰਸ ਅਗਰ ਤੁਹਾਡੀ ਉਂਗਲਾਂ 'ਚ ਦਰਦ ਹੋ ਰਹੀ ਤਾਂ ਇਹਦਾ ਮਤਲਬ ਕੁਛ ਆਸਟੀਓਪਰੋਸਿਸ ਕਰਕੇ ਅਲੱਗ ਅਲੱਗ ਏਜ ਦੇ ਅੰਦਰ ਜਿਹੜਾ ਵੈ ਉਹ ਦਰਦ ਹੋਣ ਦਾ ਕਾਰਨ ਅਲੱਗ ਅਲੱਗ ਹੁੰਦਾ ਵੈ। ਤੁਸੀਂ ਵੈਜੀਟੇਰੀਅਨ ਹੋ ਕਿ ਨੋਨ ਵੈਜੀਟੇਰੀਅਨ ਹੋ? ਨੋਨ ਵੈਜੀਟੇਰੀਅਨ। ਤੁਸੀਂ ਅੰਡਾ ਖਾ ਲੈਂਦੇ ਹੋ? ਹਾਂ ਜੀ। ਤੁਸੀਂ ਕਰਨਾ ਕੀ ਹੈ ਕਿ ਉਸੇ ਅੰਡੇ ਦਾ ਜਿਹੜਾ ਛਿਲਕਾ ਹੈ ਨਾ ਜੀ, ਤੁਸੀਂ ਤਕਰੀਬਨ 10 ਤੋਂ 15 ਅੰਡਿਆਂ ਦੇ ਛਿਲਕੇ ਇਕੱਠੇ ਕਰ ਲਵੋ ਔਰ ਉਹਨਾਂ ਨੂੰ ਸਾਫ਼ ਕਰਕੇ ਤੁਸੀਂ ਧੁੱਪ 'ਚ ਥੋੜ੍ਹਾ ਸੁਕਾ ਲਵੋ।
ਇਸ ਤੋਂ ਬਾਅਦ ਤੁਸੀਂ ਉਹਨਾਂ ਅੰਡਿਆਂ ਦੇ ਛਿਲਕਿਆਂ ਨੂੰ ਨਾ ਕੁੱਕਰ 'ਚ ਪਾ ਲੈਣਾ ਵਾ ਔਰ ਕੁੱਕਰ ਨੂੰ ਸਿਮ 'ਤੇ ਰੱਖ ਦੇਣਾ ਗੈਸ ਦੇ ਉੱਪਰ ਤਕਰੀਬਨ ਕੋਈ ਤੁਸੀਂ ਲਗਾ ਲਓ ਜੀ ਕਿ ਅੱਧੇ ਘੰਟੇ ਪੌਣੇ ਘੰਟੇ ਬਾਅਦ ਉਹ ਸਾਰੇ ਦਾ ਸਾਰਾ ਜਿਹੜਾ ਵਾ ਨਾ ਉਹ ਵਾਈਟਿਸ਼ ਕਲਰ ਦਾ ਪਾਊਡਰ ਬਣ ਜਾਏਗਾ ਇਹਨੂੰ ਆਪਾਂ ਕਹਿੰਦੇ ਹਾਂ ਕੁਕਟਾਂਡ ਤਵਕ ਭਸਮ ਬੈਸਟ ਕੈਲਸ਼ੀਅਮ ਸਪਲੀਮੈਂਟ ਮਾੜਾ ਜਿਹਾ ਜੀ ਮਾੜਾ ਜਿਹਾ ਤਾਂ ਕੀ ਰਵਾਂ ਜੇ ਹੋ ਜਾਣ ਮਾੜਾ ਜਿਹਾ ਪਾਣੀ ਤੁਸੀਂ ਪਾ ਸਕਦੇ ਹੋ ਅਤੇ ਇਹਨੂੰ ਕਹਿੰਦੇ ਹਾਂ ਆਪਾਂ ਕੁਕਟਾਂਡ ਤਵਕ ਭਸਮ ਇਹ ਤੁਹਾਡੀ ਤਿਆਰ ਹੋ ਜਾਏਗੀ ਤੁਸੀਂ ਕੋਸ਼ਿਸ਼ ਕਰਨੀ ਉਸ ਤੋਂ ਬਾਅਦ 'ਚੋਂ ਕਿ ਚਮਚੇ ਦਾ ਚੌਥਾ ਹਿੱਸਾ ਸਵੇਰੇ ਅਤੇ ਚੌਥਾ ਹਿੱਸਾ ਤੁਸੀਂ ਸ਼ਾਮੀ ਖਾਣਾ ਹੈ ਇਹਦੇ 'ਚ ਮਾੜੀ ਜੀ ਤੁਸੀਂ ਤਕਰੀਬਨ 3 ਤੋਂ 4 ਚੂੰਡੀਆਂ ਨਾ ਸੁੰਡ ਦੀਆਂ ਪਾ ਲੈਣੀਆਂ ਨੇ ਓਕੇ ਠੀਕ ਹੈ ਇਹ ਤੁਸੀਂ ਗਰਮ ਪਾਣੀ ਨਾਲ ਖਾਣਾ ਸ਼ੁਰੂ ਕਰੋ ਇਹ ਇੱਕ ਨੈਚੁਰਲ ਵੇ ਆ ਜਿਹਦੇ ਨਾਲ ਤੁਹਾਡੀਆਂ ਪੇਨਸ ਘਟਣਗੀਆਂ ਪਲੱਸ ਅਗਰ ਤੁਹਾਨੂੰ ਲੱਗਦਾ ਹੈ ਕਿ ਪੇਨਸ ਬਹੁਤ ਜ਼ਿਆਦਾ ਨੇ ਇੱਕ ਮੈਡੀਸਿਨ ਆਉਂਦੀ ਹੈ ਰਿਊਮੋ ਕੇਅਰ ਜਿਹੜੀ ਕਿ ਉੱਥੇ USA 'ਚ ਅਵੇਲੇਬਲ ਹੈ ਇਹਦੇ 'ਚ ਗੁਦੰਤੀ ਸ਼ਲਾਕੀ ਇਹੋ ਜਿਹੀਆਂ ਕੁਛ ਹਰਬਸ ਨੇ ਜਿਹੜੀਆਂ ਕਿ ਜੁਆਇੰਟਸ ਨੂੰ ਮਾਈਕਰੋ ਸਰਕੂਲੇਸ਼ਨ ਇੰਪਰੂਵ ਕਰਦੀਆਂ ਨੇ ਜਿਹਦੇ ਨਾਲ ਕਿ ਜਿਹੜੇ ਜੁਆਇੰਟਸ ਨੇ ਉਹ ਹੈਲਦੀ ਰਹਿਣ ਅਤੇ ਪੇਨ ਨਾ ਹੋਏ ਤੁਸੀਂ ਉਹ ਵੀ ਨਾਲ ਲੈ ਸਕਦੇ ਹੋ ਜੀ ਨਿਰੋਗਮ ਤੋਂ ਵੀ ਡਾਇਰੈਕਟ ਆਰਡਰ ਕਰ ਸਕਦੇ ਹੋ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਮੰਗਵਾ ਸਕਦੇ ਹੋ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ ਤੇ ਸਿਰਫ ਤੇ ਸਿਰਫ ਤੁਸੀਂ ਕਾਲ ਕਰਨੀ ਆ ਬਾਕੀ ਜਿਹੜੇ USA ਦੇ ਵਿਊਅਰਸ ਨੇ ਜਿਵੇਂ ਮੈਂ ਸਟਾਰਟ ਦੇ ਵਿੱਚ ਦੱਸਿਆ USA ਦੇ ਅਲੱਗ ਅਲੱਗ ਜਗ੍ਹਾ ਤੇ ਜਿਹੜੇ ਸੈਂਟਰਸ ਹੈਗੇ ਨੇ ਮਿਸ਼ੀਗਨ ਦੇ ਵਿੱਚ ਐਰੀਜ਼ੋਨਾ ਕੈਲੀਫੋਰਨੀਆ ਦੇ ਵਿੱਚ ਹੈਗਾ ਫਲੋਰੀਡਾ ਦੇ ਵਿੱਚ ਸੀਐਚਐਲ ਦੇ ਵਿੱਚ ਸੋ ਅਲੱਗ ਅਲੱਗ ਜਗ੍ਹਾ 'ਤੇ ਨੇ ਉਹਨਾਂ ਦੇ ਐਡਰੈਸ ਤੁਸੀਂ ਲੈ ਸਕਦੇ ਹੋ ਜੋ ਹੈਲਪਲਾਈਨ ਨੰਬਰ ਨੋਟ ਹੋ ਰਹੇ ਨੇ ਨੋਟ ਕਰ ਲਓ ਉਹਨਾਂ ਤੋਂ ਅਤੇ ਉੱਥੇ ਤੁਸੀਂ ਵਿਜ਼ਿਟ ਵੀ ਕਰਕੇ ਆਪਣਾ ਜਿਹੜਾ ਟ੍ਰੀਟਮੈਂਟ ਲੈ ਸਕਦੇ ਹੋ ਸੋ ਸਰ ਕਾਲਰਸ ਤਾਂ ਬਹੁਤ ਨੇ ਪਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਡਿਪਰੈਸ਼ਨ ਦੀ ਜਿਵੇਂ ਗੱਲ ਕਰ ਰਹੀ ਚੱਲ ਰਹੀ ਸੀ ਸੋ ਡਿਪਰੈਸ਼ਨ ਦੇ ਘਰੇਲੂ ਇਲਾਜ ਤਾਂ ਤੁਸੀਂ ਕਾਜ਼ ਦੇ ਵਿੱਚ ਹੀ ਦੱਸ ਦਿੱਤੇ ਨੇ ਪਰ ਪ੍ਰੋਪਰ ਟ੍ਰੀਟਮੈਂਟ ਜੇਕਰ ਲੈਣਾ ਹੋਵੇ ਕਿਉਂਕਿ ਬਹੁਤ ਜ਼ਿਆਦਾ ਵੱਧ ਗਿਆ ਹੋਵੇ ਸੋ ਉਹ ਕੀ ਪ੍ਰੋਪਰ ਟ੍ਰੀਟਮੈਂਟ ਅਗਰ ਬਹੁਤ ਜ਼ਿਆਦਾ ਡਿਪਰੈਸ਼ਨ ਵੱਧ ਗਿਆ ਵਾ ਔਰ ਇਸ ਸਟੇਜ ਤੇ ਆ ਗਿਆ ਵਾ ਕਿ ਪੇਸ਼ੈਂਟ 'ਚ ਸੁਸਾਈਡਲ ਟੈਂਡੈਂਸੀਜ਼ ਹੋ ਰਹੀਆਂ ਨੇ ਕਿਉਂਕਿ ਦੇਖੋ ਇੱਕ ਐਕਸਟ੍ਰੀਮ ਸਟੇਜ ਤੇ ਆ ਕੇ ਡਿਪਰੈਸ਼ਨ ਦਾ ਮਰੀਜ਼ ਆਪਣੀ ਜ਼ਿੰਦਗੀ ਖਤਮ ਕਰ ਦੇਣਾ ਚਾਹੁੰਦਾ ਵਾ ਔਰ ਬੰਦਾ ਅਗਰ ਬੈੱਡ ਰਿਡਨ ਹੋ ਚੁੱਕਾ ਤਾਂ ਉਹਦੇ 'ਚ ਦੋ ਤਰ੍ਹਾਂ ਦਾ ਇਲਾਜ ਆਪਾਂ ਇਹੋ ਜਿਹੇ ਪੇਸ਼ੈਂਟ ਦੇ ਕਰ ਸਕਦੇ ਹਾਂ ਪਹਿਲਾ ਇਲਾਜ ਆਪਣੇ ਕੋਲ ਰੱਖ ਕੇ ਮਰੀਜ਼ ਸਾਡੇ ਕੋਲ ਆਉਂਦੇ ਨੇ ਪੂਰੇ ਦੁਨੀਆ ਭਰ ਤੋਂ ਉਹਨਾਂ ਨੂੰ ਆਪਾਂ ਆਪਣੇ ਕੋਲ ਰੱਖੀਦਾ ਵਾ ਉਹਨਾਂ ਦੀ ਆਪਾਂ ਪੂਰੀ ਲਾਈਫ ਸਟਾਈਲ ਚੇਂਜ ਕਰ ਦਿੱਤੀ ਹੈ ਸੌਣ ਦਾ ਟਾਈਮ ਸਾਡੇ ਹਿਸਾਬ ਦੇ ਨਾਲ ਖਾਣਾ ਪੀਣਾ ਆਪਾਂ ਆਪਣੇ ਤਰੀਕੇ ਨਾਲ ਦਿੰਦੇ ਹਾਂ ਪ੍ਰਾਣਾਯਾਮ ਕਰਵਾਉਂਦੇ ਹਾਂ ਨੈਚੁਰੋਪੈਥੀ ਕਰਵਾਉਂਦੇ ਹਾਂ ਪੰਚਕਰਮਾ ਦੇ ਪ੍ਰੋਸੀਜਰਸ ਪਲੱਸ ਕੁਛ ਹਰਬਲ ਸਪਲੀਮੈਂਟਸ ਆਪਾਂ ਜਿਹੜੇ ਨੇ ਯੂਜੇਜ ਕਰਵਾਉਂਦੇ ਹਾਂ ਆਮ ਤੌਰ 'ਤੇ ਸਾਡੀਆਂ ਸਾਰੀਆਂ ਪ੍ਰਕਿਰਿਆਵਾਂ ਦੇ ਨਾਲ ਪੇਸ਼ੈਂਟ ਦਾ ਜਿਹੜਾ ਸੀਰੋਟੋਨਿਨ ਲੈਵਲ ਹੈ ਉਹ 7ਵੇਂ ਦਿਨ ਤੋਂ ਵਧਣਾ ਸ਼ੁਰੂ ਹੋ ਜਾਂਦਾ ਵਾ ਅਤੇ ਬੰਦਾ ਇੱਕ ਪੋਜ਼ਿਟਿਵਿਟੀ ਫੀਲ ਕਰਨਾ ਸ਼ੁਰੂ ਕਰ ਦਿੰਦਾ ਵਾ 21ਵੇਂ ਦਿਨ ਆਪਾਂ ਮਰੀਜ਼ ਨੂੰ ਘਰ ਵਾਪਸ ਭੇਜ ਦਿੱਤਾ ਔਰ ਮਰੀਜ਼ ਇੱਕ ਬਿਲਕੁਲ ਵੱਖਰੀ ਜਿਹੀ ਜ਼ਿੰਦਗੀ ਲੈ ਕੇ ਜਾਂਦਾ ਜੀ ਅਗਰ ਉਹ ਬਹੁਤ ਐਕਸਟ੍ਰੀਮ ਹੈ ਔਰ ਅਗਰ ਉਹ ਨੋਰਮਲੀ ਡਿਪਰੈਸਡ ਪੇਸ਼ੈਂਟ ਹੈ ਸਾਡਾ ਇੱਕ ਕੰਬੀਨੇਸ਼ਨ ਆਉਂਦਾ ਸਿਫੈਲੈਗੋ ਦੇ ਨਾਮ ਤੋਂ ਜਿਹੜਾ USA 'ਚ ਅਵੇਲੇਬਲ ਹੈ ਕੰਬੀਨੇਸ਼ਨ ਤੇ ਬ੍ਰੇਨੋ ਏ ਬ੍ਰੇਨੋ ਆਰ ਵੀ ਆਉਂਦੇ ਨੇ ਬਟ US 'ਚ ਉਹਦੀ ਸ਼ਿਪਿੰਗ ਥੋੜ੍ਹੀ ਲੇਟ ਹੁੰਦੀ ਹੈ ਜਿਹੜਾ ਸਿਫੈਲੈਗੋ ਇਟ ਇਜ਼ ਅਵੇਲੇਬਲ ਇਨ US ਸਿਫੈਲੈਗੋ 'ਚ ਆਪਾਂ ਜਟਾ ਮਾਨਸੀ ਉਸਤਕਦੂਸ ਇਹੋ ਜਿਹੀਆਂ ਕੁਝ ਹਰਬਸ ਪਾਈਆਂ ਨੇ ਜਿਹੜੀਆਂ ਬ੍ਰੇਨ ਨੂੰ ਡਿਪਰੈਸ਼ਨ 'ਚੋਂ ਬਾਹਰ ਕੱਢਦੀਆਂ ਨੇ ਉਹ ਜਿਹੜਾ ਪੇਸ਼ੈਂਟ ਆ ਉੱਥੇ ਯੂਜ਼ ਕਰ ਸਕਦਾ ਹੈ ਸੋ ਬਿਲਕੁਲ ਜੀ ਤੁਸੀਂ ਪ੍ਰੋਪਰ ਟ੍ਰੀਟਮੈਂਟ 20 ਦਿਨ ਦਾ ਟ੍ਰੀਟਮੈਂਟ ਹੈ ਜਿਵੇਂ ਸਰ ਨੇ ਦੱਸਿਆ ਕਿ 21ਵੇਂ ਦਿਨ ਤੁਸੀਂ ਪ੍ਰੋਪਰ ਠੀਕ ਹੋ ਜਾਓਗੇ ਸੋ ਡਿਪਰੈਸ਼ਨ ਜੇਕਰ ਬਹੁਤ ਜ਼ਿਆਦਾ ਵੱਧ ਗਿਆ ਸੋ ਤੁਹਾਨੂੰ ਥੈਰੇਪੀਜ਼ ਇਨਡੋਰ ਜਿਹੜਾ ਟ੍ਰੀਟਮੈਂਟ ਉਹ ਲੈ ਹੀ ਲੈਣਾ ਚਾਹੀਦਾ ਬਾਕੀ ਮੈਡੀਸਿਨਸ ਮੰਗਵਾ ਸਕਦੇ ਹੋ ਨੰਬਰ ਹੈਲਪਲਾਈਨ ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ ਸੋ ਹੋਰ ਵੀ ਬਹੁਤ ਸਾਰੀ ਗੱਲਬਾਤ ਕਰਾਂਗੇ ਆਪਾਂ ਕਾਲਸ ਵੀ ਲਵਾਂਗੇ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸੋ ਇੱਕ ਬ੍ਰੇਕ ਲੈ ਕੇ ਛੇਤੀ ਛੇਤੀ ਵਾਪਸ ਆਉਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਨਵਦੀਪ ਸ਼ਰਮਾ ਜੀ ਸਾਡੇ ਨਾਲ ਨੇ ਇੱਕ ਅਨਾਊਂਸਮੈਂਟ ਹੋ ਰਿਹਾ ਕਿ ਜਿਹੜੇ USA ਦੇ ਵਿਊਅਰਸ ਹੈ ਇੱਕ ਤਾਂ ਉਹਨਾਂ ਲਈ ਗੁੱਡ ਨਿਊਜ਼ ਇਹ ਹੈਗੀ ਹੈ ਕਿ ਉੱਥੇ ਇਹਨਾਂ ਦੇ ਸੈਂਟਰਸ ਨੇ ਇੱਕ ਹੋਰ ਗੁੱਡ ਨਿਊਜ਼ ਹੈ ਕਿਉਂਕਿ 4 ਜੂਨ ਤੋਂ ਲੈ ਕੇ 18 ਜੂਨ ਤੱਕ ਡਾਕਟਰ ਨਵਦੀਪ ਸ਼ਰਮਾ ਜੀ ਤੁਸੀਂ ਖੁਦ ਉੱਥੇ ਜਾ ਰਹੇ ਹੋ ਸੋ ਜੀ ਪ੍ਰੋਪਰ ਕਿਹੜੀ ਤਰੀਕ ਨੂੰ ਕਿਹੜੇ ਸੈਂਟਰਸ ਦੇ ਵਿੱਚ ਹੋਣਗੇ ਤੁਸੀਂ ਉਹ ਵਾਲੇ ਹੈਲਪਲਾਈਨ ਨੰਬਰ ਜੋ ਫਲੈਸ਼ ਹੋ ਰਹੇ ਨੇ ਇਹਨਾਂ 'ਤੇ ਕਾਲ ਕਰਕੇ ਤੁਸੀਂ ਪ੍ਰੋਪਰ ਐਡਰੈਸ ਪ੍ਰੋਪਰ ਡੇਟਸ ਬਾਰੇ ਪਤਾ ਕਰ ਸਕਦੇ ਹੋ ਫਿਰ ਇਹਨਾਂ ਨੂੰ ਮਿਲ ਸਕਦੇ ਹੋ ਮਿਲਣ ਦੇ ਲਈ ਤੁਹਾਨੂੰ ਅਪੁਆਇੰਟਮੈਂਟ ਫਿਕਸ ਕਰਨੀ ਪਏਗੀ ਅਤੇ ਉਹ ਵੀ ਤੁਸੀਂ ਇਹਨਾਂ ਹੈਲਪਲਾਈਨ ਨੰਬਰ ਤੋਂ ਹੀ ਕਰ ਸਕਦੇ ਹੋ ਸੋ 4 ਤੋਂ ਲੈ ਕੇ 18 ਜੂਨ ਤੱਕ USA ਦੇ ਵਿੱਚ ਡਾਕਟਰ ਨਵਦੀਪ ਸ਼ਰਮਾ ਜੀ ਖੁਦ ਮੌਜੂਦ ਹੋਣਗੇ ਸੋ ਇਹਨਾਂ ਦੇ ਨਾਲ ਵੀ ਤੁਸੀਂ ਮਿਲ ਸਕਦੇ ਹੋ ਸੋ ਜੀ ਸਰ ਜਿਵੇਂ ਕਿ ਡਿਪਰੈਸ਼ਨ ਦੀ ਗੱਲ ਹੋਈ ਤੁਸੀਂ ਦੱਸਿਆ ਸੋ ਜਿਹੜੀਆਂ ਹਰਬਸ ਤੁਸੀਂ ਦੱਸੀਆਂ ਨੇ ਉਹਦੇ ਵਿੱਚ ਮੈਂ ਚਾਹਾਂਗੀ ਕਿ ਥੋੜ੍ਹਾ ਡਿਟੇਲ ਦੇ ਵਿੱਚ ਉਹਦੀ ਜਾਣਕਾਰੀ ਤੁਸੀਂ ਦੇ ਦਿਓ ਬਿਲਕੁਲ ਦੇਖੋ ਹਰਬਸ ਦੀ ਆਪਾਂ ਗੱਲ ਕਰਦੇ ਹਾਂ ਕੁਝ ਕਾਮਨ ਕਿਚਨ ਹਰਬਸ ਨੇ ਤੇ ਕੁਝ ਜਿਹੜੀਆਂ ਨੇ ਉਹ ਸਪੈਸ਼ਲ ਹਰਬਸ ਨੇ ਓਕੇ
अगर आप पहले किचन हर्ब्स की गल कर लें क्योंकि उत्ते हर एक घर च अवेलेबल ने दालचीनी दालचीनी जी है वो साडे ब्रेन च माइक्रो सर्कुलेशन वधा देंदी है और उस करके ब्रेन चो जो टॉक्सिनस ने वध निकलते हैं इस करके अगर कोई डिप्रेशन का पेशेंट है उन्होंने चाहिए वो दालचीनी की मात्रा ज़्यादा वधाए। सैकेंड आ जाता लौंग आपां लौंग का जिहड़ा आम यूजेज सुनिया होंदा कि दाड़ किसी की दर्द हो गई जां दंदां च प्रॉब्लम है तो लौंग का इस्तेमाल करते हैं बट लौंग एक बहुत ही वधिया एंटी डिप्रेसेंट है इस करके लौंग यूज़ किया जा सकता है। तीजा तेज पत्तर भी देखो आप आम मसालिया च पाने अगर आप सोचिए देखो सारे आप मसालिया च आम इस्तेमाल करते मसालिया वाली चीज़ा ने जिड़ी आप छड़ दित्तियां ने ना खा नहीं खाने हैं तो वह कितनी एंटी वधिया बहुत वधिया एंटी डिप्रेसेंट सी। अगर आप स्पैशलाइज मेडिसिन की गल करते हैं जी स्पैशलाइज आ जाता वा उस्तखदूस सब तो पहले उस्तखदूस एक यूनानी मेडिसिन है ईजीली अवेलेबल है जिन्होंने आप लिवेंडर भी कह दें लिवेंडर फ्लावर्स ईजीली अवेलेबल ने यूएस बहुत ही वधिया एंटी डिप्रेसेंट ने कुछ होर नहीं मिलता लिवेंडर ईजीली यूज़ किया जा सकता वा। दैन जटामानसी इनू भूत जटा भी कहा जाता है जटावान वर्गी हर्ब होंगी है इनू ना फांट कल्पना के तौर पर पीता हों यदी चाह बनाई दी है मतलब बेसिकली करना की होंगे कि गर्म पानी लेना वै गर्म पानी का एक कप रख लेना तुम उबलते हुए पानी का हूँ वो एक चमचा जटामानसी पाउडर पा देना वै और उस तो बाद उपरों ढक देना वै तकरीबन 5 मिनटों के बाद तुम वो पानी छान के पी सकते हो एक्सीलेंट एंटी डिप्रेसेंट है और सिर्फ डिप्रेशन ही नहीं कंट्रोल करेगा जटामानसी थोड़ा ब्लड प्रेशर भी कंट्रोल करेगा खास तौर पर डायस्टोलिक ब्लड प्रेशर बड़ी बारीक होंगे कि बंदे का जो उपर वाला ब्लड प्रेशर वो इन्ना नहीं वादा होंगे बट नीचे वाला बहुत वादा होंगे वह बहुत फायदा करता जी वो बहुत जल्दी कंट्रोल करता जटामानसी। इस तो अगली हर्ब आ जाती है जी तगर तगर वैलरीन कहने इनू वैसटर्न कंट्रीज यूएस भी बहुत फेमस है अगेन अ वेरी गुड एंटी डिप्रेसेंट तो तगर का इस्तेमाल किया जा सकता है। कुछ कॉमन हर्ब्स ने जो डिप्रेशन च बहुत ही वधिया काम कर दिया ने। बिल्कुल जी बिल्कुल आई होप कि तुसी नोट कर लिया होंगे क्योंकि साडा शो स्टार दे विच मैं कह देनी हुंदी आ कि एक बार कॉपी पेन ले लिया करो क्योंकि बहुत सारिया जिहड़ियां चीज़ां तुहानू दसियां जांदियां जो नोट करन दी जरूरत हुंदी है। बाकी गल है कि जिवें लाइव तो चल ही रहा इस तो इलावा तुसी रिकॉर्डर जिवें कि 6:40 ते पहला मंडे टू फ्राइडे आंदा सी हुण तुसी 11 बजे तुसी हमेशा डेली इन्हां दा शो देख सकते हो मंडे टू फ्राइडे। अलग अलग बीमारियां तो वह भी चर्चा की जाती है बाकी कॉल्स तो तुम खुद इन्हों कर ही सकते हो जी। सो सर कॉलर लैने आप अगले हेलो हाँ जी कदों कदों हो रहा जी पेट क्लियर हो जांदा कोई कॉन्स्टिपेशन वगैरह ते नहीं रहिंदी है सारे दिन लगा लो जी तकरीबन 2 लीटर पानी जरूर पिया करो भी जो गर्म रख सको तो गर्म पानी ज्यादा चंगा वा। दूजी चीज तुसी यह करनी है कि जे तुहानू उत्थे हरड़ मिल सके हरड़ 2 तरह की है जी जंग हरड़ नॉर्मल हरड़ तुहानू उत्थे मिल जाएगी आराम नाल तुसी कोशिश कर जंग हरड़ ज्यादा चंगी है तो ना मिले तो नॉर्मल हरड़ मिल जाए हरड़ का पाउडर तुसी हाँ हैगी तुहाडे कोल हरड़ हरड़ अगर तुहानू मिल सके तो तुसी कोशिश करो कि जंग हरड़ जिहड़ी है वह ज्यादा चंगी है दूजी हरड़ उसे थोड़ा जिहा घट असर करती है कोशिश करो कि 2.5 ग्राम तो लैके 5 ग्राम तक तुसी ना हरड़ का पाउडर गर्म पानी नाल दिन च 2 वारी लैना शुरू करो। एक्चुअली हुंदा की है कि जिस तरह साडी एज वधदी है एजिंग दे नाल साडी नर्व्स नूं माइक्रो सर्कुलेशन जिहड़ी ना घटनी शुरू हो जाती है हुण माइक्रो सर्कुलेशन जदों आपां इंप्रूव करवानी है तो उहदे वास्ते हरड़ बहुत अच्छा काम करती है। हरड़ नूं कहा जांदा वै कि शास्त्रां दे अंदर एक माता जिहड़ी है एक मां जिहड़ी है कदी नाराज होकर बच्चे नूं गालां कढ सकदी है मार सकदी है बट कदी हरड़ नहीं हरड़ खाधी फायदा ही करेगी कभी नुकसान नहीं करेगी शरीर से जाके उन्होंने माँ के नाल महिमा कर दी गई हरड़ की इन्नी अच्छी चीज़ है इस करके कोशिश करो कि हरड़ का इस्तेमाल तुसी करो वो तो काफ़ी फायदा मिलेगा।
ਮੇਨ ਗੱਲ ਇਹ ਹੈ ਕਿ ਘਰ ਦੇ ਵਿੱਚ ਜੋ ਚੀਜ਼ਾਂ ਅਸੀਂ ਪਹਿਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਕਰਦੇ ਸੀ ਵਾਕਈ, ਤਾਂ ਤਾਂ ਹੀ ਮੇਰੇ ਖਿਆਲ 'ਚ ਬਿਮਾਰੀਆਂ ਇੱਦਾਂ ਦੀਆਂ ਨਹੀਂ ਲੱਗਦੀਆਂ ਸੀ. ਅੱਜ ਆਪਾਂ ਦੇਖਦੇ ਹਾਂ ਕਿ ਛੋਟੀਆਂ ਛੋਟੀਆਂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਲੱਗਦੀਆਂ ਨੇ. ਸੋ ਡਿਪਰੈਸ਼ਨ ਦੀ ਗੱਲ ਹੋ ਰਹੀ ਸੀ ਸਰ, ਟ੍ਰੀਟਮੈਂਟ ਦੀ ਵੀ ਆਪਾਂ ਗੱਲ ਕਰ ਲਈ ਹੈ, ਰੀਜ਼ਨ ਵੀ ਦੱਸ ਦਿੱਤੇ, ਪਰ ਸਾਈਨ ਜੇ ਆਪਾਂ ਕਹੀਏ ਨਾ ਸਟਾਰਟਿੰਗ ਦੇ ਵਿੱਚ ਹੀ ਬੰਦੇ ਨੂੰ ਪਤਾ ਲੱਗ ਜਾਵੇ ਕਿ ਹਾਂ ਇਨਸਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ, ਸੋ ਸਟਾਰਟ ਦੇ ਵਿੱਚ ਕਿਹੜੇ ਸਾਈਨਸ ਹੁੰਦੇ ਨੇ? ਦੇਖੋ, ਸਭ ਤੋਂ ਮੇਜਰ ਸਾਈਨ ਜਿਹੜਾ ਡਿਪਰੈਸ਼ਨ ਦਾ ਹੋਇਆ ਵਾ, ਦੇਖੋ ਟੈਨਸ਼ਨ ਤਾਂ ਹਰ ਇੱਕ ਦੀ ਲਾਈਫ 'ਚ ਕੋਈ ਨਾ ਕੋਈ ਚੱਲਦੀ ਹੀ ਹੈ. ਟੈਨਸ਼ਨ ਦੇ ਨਾਲ ਉਸ ਟੈਨਸ਼ਨ ਦੇ ਕੋਰਸਪੋਂਡਿੰਗ ਅਗਰ ਇਨਸਾਨ ਦੁਖੀ ਹੈ ਤਾਂ ਉਹ ਨੋਰਮਲ ਹੈ. ਅੱਜ ਕਿਸੇ ਦੀ ਫੈਮਿਲੀ 'ਚ ਕੋਈ ਪ੍ਰੋਬਲਮ ਆ ਗਈ ਹੈ, ਕੋਈ ਆਪਣਾ ਬੜਾ ਨਜ਼ਦੀਕੀ ਛੱਡ ਕੇ ਚਲੇ ਗਿਆ ਹੈ, ਉਹਦੇ ਕਰਕੇ ਕੁਛ ਦਿਨ ਤੱਕ ਦੁਖੀ ਰਹਿਣਾ ਇੱਕ ਨੋਰਮਲ ਚੀਜ਼ ਹੈ. ਲੇਕਿਨ ਜੇ ਉਹ ਚੀਜ਼ ਲੰਬੀ ਪ੍ਰੋਲੋਂਗ ਕਰਦੀ ਹੈ, ਆਮ ਤੌਰ 'ਤੇ ਆਪਾਂ 15 ਦਿਨ ਗਿਣਦੇ ਹਾਂ ਕਿ 15 ਦਿਨ ਤੋਂ ਵੀ ਜ਼ਿਆਦਾ ਬੀਤ ਜਾਣ ਤੋਂ ਬਾਅਦ ਇੱਕ ਟਫ ਸਿਚੁਏਸ਼ਨ, ਅਗਰ ਇੱਕ ਬੰਦਾ ਫਿਰ ਵੀ ਉਹ ਤੋਂ ਬਾਹਰ ਨਹੀਂ ਆ ਪਾ ਰਿਹਾ, ਲਗਾਤਾਰ ਦੁਖੀ ਹੈ, ਨੀਂਦ ਪ੍ਰੋਪਰ ਨਹੀਂ ਲੈ ਪਾ ਰਿਹਾ, ਇਰੀਟੇਬਿਲਿਟੀ ਵੱਧ ਗਈ ਹੈ, ਮੂੰਹ ਉਹਦਾ ਬੈਠ ਪਹਿਲਾਂ ਨਾਲੋਂ ਬੈਠ ਜ਼ਿਆਦਾ ਸੁੱਕਦਾ ਵੈ, ਔਰ ਮਨ ਢਹਿੰਦੀਆਂ ਕਲਾਵਾਂ ਦੇ ਅੰਦਰ ਹੀ ਰਹਿੰਦਾ ਵੈ, ਇਹ ਡਿਪਰੈਸ਼ਨ ਦੇ ਸਾਈਨਸ ਨੇ. ਅਗਰ ਇਹ ਹੈ ਤਾਂ ਸਭ ਤੋਂ ਪਹਿਲੀ ਵਧੀਆ ਚੀਜ਼ ਹੈ ਕਾਉਂਸਲਿੰਗ. ਕੋਸ਼ਿਸ਼ ਕਰੋ ਕਿ ਅਗਰ ਤੁਹਾਡੇ 'ਚ ਲੱਛਣ ਬਣ ਰਹੇ ਨੇ, ਕਿਸੇ ਵੀ ਦਵਾਈ ਦੇ ਖਾਣ ਤੋਂ ਪਹਿਲੇ ਆਪਣੇ ਦੋਸਤਾਂ 'ਚ, ਆਪਣੇ ਚਾਹ ਵਾਲਿਆਂ ਦੇ ਵਿੱਚ ਬੈਠੋ, ਇਕੱਲੇ ਨਾ ਰਹੋ. ਅਗਰ ਤੁਸੀਂ ਆਪਣੇ ਅਜ਼ੀਜ਼ ਲੋਕਾਂ ਦੇ ਵਿੱਚ ਬੈਠੋਗੇ ਤਾਂ ਥੋੜ੍ਹੇ ਡਿਪਰੈਸ਼ਨ 'ਚੋਂ ਤਾਂ ਤੁਹਾਨੂੰ ਆਪਣੀ ਗੱਲਾਂ ਨਾਲ ਹੀ ਉਹ ਕੱਢ ਲੈਣਗੇ. ਬਟ ਅਗਰ ਇਹ ਲੱਛਣ ਪ੍ਰੋਲੋਂਗ ਕਰਦੇ ਨੇ ਔਰ ਤੁਸੀਂ ਉਹ ਫੇਜ਼ ਮਿਸ ਕਰ ਜਾਂਦੇ ਹੋ, ਫਿਰ ਡੈਫੀਨੇਟਲੀ ਤੁਹਾਨੂੰ ਸਟਾਰਟਿੰਗ ਅੰਦਰ ਹੀ ਇੱਕ ਅੱਛਾ ਟ੍ਰੀਟਮੈਂਟ ਚੂਜ਼ ਕਰਨਾ ਚਾਹੀਦਾ, ਕਿਉਂਕਿ ਸਰੀਰਕ ਰੋਗ ਤੋਂ ਵੱਡੇ ਮਾਨਸਿਕ ਰੋਗ ਨੇ. ਅਗਰ ਸਾਡਾ ਮਨ ਖੁਸ਼ ਨਹੀਂ ਹੈ, ਉਹ ਸਰੀਰਕ ਰੋਗ ਤੋਂ ਵੀ ਵੱਡਾ, ਕਿਉਂਕਿ ਲੌਂਗ ਰਨ 'ਚ ਅਗਰ ਇੱਕ ਬੰਦਾ ਡਿਪਰੈਸਡ ਰਹੇਗਾ, ਨਾ ਉਹ ਪ੍ਰੋਪਰ ਖਾ ਪਾਏਗਾ, ਨਾ ਉਹ ਪ੍ਰੋਪਰ ਕੰਮ ਕਰ ਪਾਏਗਾ, ਸੋਸ਼ਲੀ ਵੀ ਅਤੇ ਫਿਜ਼ੀਕਲੀ ਵੀ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹਦਾ ਨੂੰ ਸਾਹਮਣਾ ਕਰਨਾ ਪਏਗਾ ਜੀ. ਬਿਲਕੁਲ. ਸੋ ਸਟਾਰਟ ਦੇ ਵਿੱਚ ਹੀ ਜੇਕਰ ਅਸੀਂ ਦੇਖ ਲਈਏ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਟੈਨਸ਼ਨਸ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ, ਸੋ ਕਦੋਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਅਸੀਂ, ਉਹ ਟੈਨਸ਼ਨ ਇੰਨੀ ਵੱਧ ਜਾਂਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ. ਸੋ ਸਟਾਰਟ ਦੇ ਵਿੱਚ ਜਿਵੇਂ ਸਾਈਨ ਦੱਸੇ ਨੇ, ਜੇਕਰ ਤੁਹਾਨੂੰ ਪਤਾ ਲੱਗ ਜਾਣ ਤਾਂ ਬੈਟਰ ਹੈਗਾ. ਸੋ ਸਰ, ਸਟਾਰਟ ਦੇ ਵਿੱਚ ਹੀ ਚਲੋ ਇੱਕ ਤਾਂ ਇਹ ਨੋਰਮਲ ਗੱਲ ਹੋਈ ਕਿ ਅਸੀਂ ਆਪਣੀ ਫੈਮਿਲੀ ਦੇ ਨਾਲ ਜਾਂ ਆਪਣੇ ਜਿਹੜੇ ਜਿਨ੍ਹਾਂ ਦੇ ਨਾਲ ਚੰਗਾ ਲੱਗਦਾ ਸਾਨੂੰ ਟਾਈਮ ਸਪੈਂਡ ਕਰਨਾ ਚਾਹੀਦਾ, ਪਰ ਸਟਾਰਟ ਦੇ ਵਿੱਚ ਹੀ ਜੇਕਰ ਕੁਝ ਲੋਕ ਨੇ ਨਾ ਡੇਲੀ ਰੂਟੀਨ ਦੇ ਵਿੱਚ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਨੇ ਜਾਂ ਕੁਝ ਇੱਦਾਂ ਦੀ ਵੀ ਕੋਈ ਉਹ ਗੋਲੀਆਂ ਸਹੀ ਹੁੰਦੀਆਂ ਨੇ ਜਾਂ ਕਿੱਦਾਂ? ਕੋਈ ਨਹੀਂ, ਬਿਲਕੁਲ ਨਹੀਂ. ਦੇਖੋ, ਕੋਸ਼ਿਸ਼ ਕਰਨਾ ਚਾਹੀਦਾ. ਬੇਸਿਕਲੀ ਉਹ ਗੋਲੀਆਂ ਨੇ SSRI ਸਿਲੈਕਟਿਵ ਸੀਰੋਟੋਨਿਨ ਰੀਅਪਟੇਕ ਇਨਹਿਬਿਟਰਸ ਉਹਨਾਂ ਨੂੰ ਕਹਿੰਦੇ, ਔਰ ਉਹ ਬਹੁਤ ਬੁਰੀ ਤਰ੍ਹਾਂ ਸਰੀਰ ਨੂੰ ਲੱਗ ਜਾਂਦੀਆਂ ਨੇ. ਜਿੱਥੋਂ ਤਿਕਨ ਹੋ ਸਕੇ ਸਾਨੂੰ ਅਵੋਇਡ ਕਰਨਾ ਚਾਹੀਦਾ ਵੈ. ਅਗਰ ਇੱਕ ਬੰਦੇ ਨੂੰ ਪਤਾ ਚੱਲ ਰਿਹਾ ਵੈ ਕਿ ਮੈਂ ਡਿਪਰੈਸ਼ਨ ਵੱਲ ਜਾ ਰਿਹਾ ਵਾਂ, ਸਭ ਤੋਂ ਪਹਿਲਾ ਸਟੈਪ ਉਹਨੇ ਇਹ ਕਰਨਾ ਵੈ ਕਿ ਜਦੋਂ ਰਾਤੀ ਸੋਣਾ ਵੈ, ਆਪਣੇ ਮੰਜੇ ਦੇ ਪੈਰਾਂ ਵਾਲੇ ਪਾਸੇ ਜਿਹੜਾ ਵੈ ਇੱਟਾਂ ਲਗਾ ਦੇਣੀਆਂ ਨੇ, ਤਾਂ ਕਿ ਜਦੋਂ ਸੋਏ ਤਾਂ ਬ੍ਰੇਨ ਨੂੰ ਜ਼ਿਆਦਾ ਬਲੱਡ ਸਪਲਾਈ ਜਾਏ, ਬ੍ਰੇਨ ਪੋਜ਼ਿਟਿਵ ਰਹੇਗਾ, ਨਿਊਟ੍ਰੀਸ਼ਨ ਬੈਟਰ ਮਿਲੇਗੀ, ਡਿਪਰੈਸ਼ਨ 'ਚੋਂ ਨਿਕਲਣ ਦੀ ਉਹਨੂੰ ਈਜ਼ੀ ਹੋ ਜਾਏਗਾ ਬੰਦੇ ਨੂੰ. ਇਹ ਪਹਿਲੀ ਚੀਜ਼ ਉਹਨੇ ਕਰਨੀ ਹੈ. ਦੂਸਰੀ ਚੀਜ਼ ਜਿਹੜੀ ਮੈਂ ਕੋਮਨ ਕਿਚਨ ਦੀਆਂ ਚੀਜ਼ਾਂ ਦੱਸੀਆਂ ਨੇ ਉਹ ਜ਼ਿਆਦਾ ਇਸਤੇਮਾਲ ਕਰਨੀਆਂ ਨੇ. ਥਰਡਲੀ ਪ੍ਰਾਣਾਯਾਮ ਅਤੇ ਸੂਰਿਆ ਨਮਸਕਾਰ, ਇਹ ਦੋ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਬਹੁਤ ਲਾਭ ਪਹੁੰਚਾ ਸਕਦੀਆਂ ਨੇ ਡਿਪਰੈਸ਼ਨ 'ਚ, ਕਿਉਂਕਿ ਜਦੋਂ ਆਪਾਂ ਸੂਰਿਆ ਨਮਸਕਾਰ ਕਰਦੇ ਹਾਂ, ਜਿਹੜੀਆਂ ਸੂਰਜ ਦੀਆਂ ਪਹਿਲੀਆਂ ਲਾਲ ਕਿਰਨਾਂ ਹੁੰਦੀਆਂ ਨੇ ਉਹ ਬੋਡੀ 'ਚ ਸੀਰੋਟੋਨਿਨ ਦੀ ਮਾਤਰਾ ਨੂੰ ਵਧਾਉਂਦੀਆਂ ਨੇ, ਔਰ ਸੀਰੋਟੋਨਿਨ ਜਿਹੜਾ ਕਿ ਹਾਰਮੋਨ ਆਫ ਹੈਪੀਨੈਸ ਹੈ, ਅਗਰ ਆਪਾਂ ਸੀਰੋਟੋਨਿਨ ਨੂੰ ਮੇਨਟੇਨ ਕਰਕੇ ਰੱਖਾਂਗੇ ਬੋਡੀ 'ਚ, ਕਦੀ ਵੀ ਡਿਪਰੈਸ਼ਨ 'ਚ ਨਹੀਂ ਜਾਵਾਂਗੇ ਆਪਾਂ. ਸੋ ਬਿਲਕੁਲ ਜੀ, ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਰੱਖਣ ਦੀ ਤੁਹਾਨੂੰ ਜ਼ਰੂਰਤ ਹੈਗੀ ਆ. ਬਿਲਕੁਲ, ਬਾਕੀ ਛੋਟੀਆਂ ਛੋਟੀਆਂ ਘਰੇਲੂ ਟ੍ਰੀਟਮੈਂਟ ਜਿਹੜੇ ਉਹ ਵੀ ਤੁਹਾਨੂੰ ਦੱਸੇ ਜਾਂਦੇ ਨੇ, ਇਹ ਵੀ ਨੋਟ ਕਰ ਲਿਆ ਕਰੋ. ਬਾਕੀ ਜੇਕਰ ਕੋਈ ਵੀ ਬਿਮਾਰੀ ਆ, ਚਾਹੇ ਡਿਪਰੈਸ਼ਨ ਦੀ ਗੱਲ ਕੀਤੀ ਹੈ, ਪਰ ਕੋਈ ਵੀ ਪ੍ਰੋਬਲਮ ਹੈਗੀ ਆ ਤੁਹਾਨੂੰ, ਜੇਕਰ ਪ੍ਰੋਬਲਮ ਬਹੁਤ ਹੀ ਜ਼ਿਆਦਾ ਵੱਧ ਗਈ ਹੈ, ਤਾਂ ਜ਼ਰੂਰ ਤੁਹਾਨੂੰ, ਮੇਰੇ ਖਿਆਲ ਦੇ ਵਿੱਚ ਹੁੰਦਾ ਕਿ ਆਪਾਂ ਸਟਾਰ ਦੇ ਵਿੱਚ ਨਾ ਇਗਨੋਰ ਕਰਦੇ ਜਾਂਦੇ ਹਾਂ ਚੀਜ਼ ਨੂੰ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਛੋਟੀ ਮੋਟੀ ਪੇਨ ਕਿਲਰ ਲੈ ਲਈ ਜੇਕਰ ਕੋਈ ਪੇਨ ਵੀ ਹੈਗੀ ਆ, ਪਰ ਉਹ ਹੌਲੀ ਹੌਲੀ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ. ਸੋ ਸਟਾਰ ਦੇ ਵਿੱਚ ਹੀ ਕੋਸ਼ਿਸ਼ ਕਰਿਆ ਕਰੋ ਕਿ ਅੱਛਾ ਟ੍ਰੀਟਮੈਂਟ ਲੈ ਲਓ. ਨੰਬਰ ਜਿਹੜੇ ਨੇ ਫਲੈਸ਼ ਹੋ ਹੀ ਰਹੇ ਨੇ, ਇਹ ਹੈਲਪਲਾਈਨ ਨੰਬਰ ਤੁਸੀਂ ਨੋਟ ਕਰ ਲਓ ਜੀ. ਸੋ ਇਹਨਾਂ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੀ ਬਿਮਾਰੀ ਦੱਸ ਸਕਦੇ ਹੋ. ਬਾਕੀ USA ਦੇ ਵੀ ਉਹ ਸੈਂਟਰਸ ਦੇ ਵਿੱਚ ਵਿਜ਼ਿਟ ਕਰ ਸਕਦੇ ਨੇ. ਡਾਕਟਰ ਨਵਦੀਪ ਸ਼ਰਮਾ ਜੀ ਖੁਦ 4 ਜੂਨ ਤੋਂ ਲੈ ਕੇ 18 ਜੂਨ ਤੱਕ USA ਦੇ ਵਿੱਚ ਹੀ ਹੋਣਗੇ. ਸੋ ਜਿਹੜੇ ਅਪੁਆਇੰਟਮੈਂਟ ਨੰਬਰ ਹੀ ਇਹਨਾਂ ਨੂੰ ਸਮਝ ਲਓ ਜੇਕਰ ਤੁਸੀਂ ਇਹਨਾਂ ਨੂੰ ਮਿਲਣਾ ਹੈਗਾ. ਸੋ ਅਪੁਆਇੰਟਮੈਂਟ ਫਿਕਸ ਕਰ ਲਿਓ, ਕਿਹੜੇ ਸੈਂਟਰ ਦੇ ਵਿੱਚ ਕਿਸ ਦਿਨ ਹੋਣਗੇ, ਪ੍ਰੋਪਰ ਤਰੀਕੇ ਦੀ ਜਾਣਕਾਰੀ. ਸੋ ਮੇਰੇ ਖਿਆਲ ਦਾ ਪੂਰਾ ਰਾਮਬੰਨ ਜਿਹੜਾ ਤੁਹਾਡਾ ਇਹ ਹੈਲਪਲਾਈਨ ਨੰਬਰ ਹੀ ਹੈਗੇ ਨੇ. ਸੋ ਇਹਨਾਂ ਨੰਬਰਸ ਨੂੰ ਨੋਟ ਕਰ ਲਓ, ਕੋਈ ਵੀ ਪ੍ਰੋਬਲਮ ਹੈਗੀ ਹੈ ਤੁਸੀਂ ਡਿਸਕਸ ਕਰ ਸਕਦੇ ਹੋ. ਸੋ ਜਾਂਦੇ ਜਾਂਦੇ ਸਰ, ਕਿਹੜਾ ਕੋਈ ਮੈਸੇਜ ਜਿਹੜਾ ਸ਼ੇਅਰ ਕਰਨਾ? ਸਭ ਤੋਂ ਇੰਪੋਰਟੈਂਟ ਮੈਸੇਜ ਜਿਹੜਾ ਡਿਪਰੈਸ਼ਨ ਦੇ ਪੇਸ਼ੈਂਟਸ ਵਾਸਤੇ ਹੋਇਆ, ਅਕਸਰ ਆਪਾਂ ਲੋਕ ਮਾਨਸਿਕ ਰੋਗ ਨੂੰ ਐਕਸੈਪਟ ਕਰਨ 'ਚ ਬਹੁਤ ਹੀ ਦੇਰ ਕਰ ਦਿੰਦੇ ਹਾਂ. ਅਗਰ ਇੱਕ ਬੰਦੇ ਨੂੰ
ਆਪਾਂ ਨਹੀਂ ਵੀ ਐਕਸੈਪਟ ਕਰਾਂਗੇ ਤਾਂ ਰੋਗ ਮਨਾ ਦਿੰਦਾ ਵਾ। ਡਿਪਰੈਸ਼ਨ ਐਸਾ ਹੀ ਰੋਗ ਹੈ, ਲਾਈਟਲੀ ਨਾ ਲਓ ਇਹਨੂੰ, ਕਿਉਂਕਿ ਇਹ ਬਹੁਤ ਸਾਰੇ ਰੋਗਾਂ ਦੇ ਨਹੀਂ ਹੈ, ਇਹਦੇ ਚੋਂ ਬਾਹਰ ਨਿਕਲਿਆ ਜਾ ਸਕਦਾ ਵਾ। ਸੋ ਬਿਲਕੁਲ ਜੀ, ਹਰ ਚੀਜ਼ ਨੂੰ ਸਟਾਰਟ ਦੇ ਵਿੱਚ ਜਿਹਦੇ ਕਿ ਅਸੀਂ ਇਗਨੋਰ ਕਰਦੇ ਹਾਂ, ਆਦਤ ਹੁੰਦੀ ਹੈ ਸਾਡੀ। ਸੋ ਕੋਈ ਵੀ ਚੀਜ਼ ਨੂੰ ਇਗਨੋਰ ਨਾ ਕਰੋ, ਕਿਉਂਕਿ ਕਈ ਵਾਰ ਨਾ ਛੋਟੀ ਜਿਹੜੀ ਬਿਮਾਰੀ ਹੈ ਉਹੀ ਬਿਮਾਰੀ ਜਿਹੜੀ ਆ ਬਾਅਦ ਦੇ ਵਿੱਚ ਵੱਡਾ ਰੂਪ ਲੈ ਲੈਂਦੀ ਹੈ, ਫਿਰ ਸਾਨੂੰ ਹੋਸਪਿਟਲਸ ਦੇ ਵਿੱਚ ਭੱਜਣਾ ਪੈਂਦੇ, ਲੱਖਾਂ ਦੇ ਟ੍ਰੀਟਮੈਂਟ ਲੈਣੇ ਪੈਂਦੇ। ਸੋ ਆਯੁਰਵੇਦ, ਮੈਂ ਪਰਸਨਲੀ ਮੈਂ ਪ੍ਰੈਫਰ ਹਮੇਸ਼ਾ ਹੀ ਕਰਦੀ ਹੁੰਦੀ ਹਾਂ ਕਿ ਆਯੁਰਵੇਦ ਤਰੀਕੇ ਦੇ ਨਾਲ ਟ੍ਰੀਟਮੈਂਟ ਲਿਆ ਜਾਵੇ, ਕਿਉਂਕਿ ਬਿਮਾਰੀ ਨੂੰ ਉਹ ਜੜ੍ਹ ਤੋਂ ਖਤਮ ਕਰਦਾ, ਪ੍ਰੋਪਰ ਤਰੀਕੇ ਦੇ ਨਾਲ ਜੜ੍ਹ ਤੋਂ ਖਤਮ ਕੀਤਾ ਜਾਂਦਾ। ਸੋ ਇਹ ਨਹੀਂ ਹੈਗਾ ਕਿ ਚਲੋ ਮੈਡੀਕਲੀ ਦਵਾਈ ਖਾਧੀ, ਥੋੜ੍ਹੀ ਦੇਰ ਲਈ ਫਰਕ ਪਿਆ, ਉਸ ਤੋਂ ਬਾਅਦ ਜਿਹੜੀ ਬਿਮਾਰੀ ਆ ਹੋਰ ਜ਼ਿਆਦਾ ਪੈਣਾ ਪਈ, ਇੱਦਾਂ ਬਿਲਕੁਲ ਨਹੀਂ ਹੈ। ਆਯੁਰਵੇਦ ਤਰੀਕੇ ਦੇ ਨਾਲ ਥੋੜ੍ਹਾ ਜਿਹਾ ਜੇਕਰ ਤੁਸੀਂ ਹੋ ਸਕਦਾ ਥੋੜ੍ਹਾ ਜਿਹਾ ਟ੍ਰੀਟਮੈਂਟ। ਸਰ ਜਿਵੇਂ ਮੈਂ ਗੱਲ ਕਰਨ ਲੱਗੀ ਸੀ, ਸੋ ਬਾਕੀ ਇੱਕ ਮਨ ਦੇ ਵਿੱਚ ਧਾਰਨਾ ਹੈਗੀ ਕਿ ਆਯੁਰਵੇਦ ਟ੍ਰੀਟਮੈਂਟ ਲਵਾਂਗੇ ਬਹੁਤ ਲੰਬਾ ਚੱਲੇਗਾ, ਸੋ ਇਹ ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਅਗਰ ਆਪਾਂ ਆਯੁਰਵੇਦ ਫਾਈਟੋਕੈਮੀਕਲਸ ਨਾਲ ਯੂਜ਼ ਕਰ ਰਹੇ ਹਾਂ, ਦੇਖੋ ਅੱਜ ਦਾ ਆਯੁਰਵੇਦ ਮਾਡਰਨਾਈਜ਼ਡ ਹੈ, ਆਪਾਂ ਫਾਈਟੋਕੈਮੀਕਲਸ ਯੂਜ਼ ਕਰਦੇ ਹਾਂ। ਪਹਿਲੇ ਹਰਬਸ ਯੂਜ਼ ਕੀਤੀਆਂ ਜਾਂਦੀਆਂ ਸੀ ਪਲੇਨ, ਜਿਹਦੇ ਵਿੱਚ ਕਿ ਹਰਬ ਪਹਿਲੇ ਸਰੀਰ 'ਚ ਜਾ ਕੇ ਪਚਦੀ ਸੀ, ਫਿਰ ਹੌਲੀ ਹੌਲੀ ਅਬਜ਼ੋਰਬ ਹੁੰਦੀ ਸੀ ਅਤੇ ਫਿਰ ਕੰਮ ਕਰਦੀ ਸੀ। ਫਾਈਟੋਕੈਮੀਕਲਸ ਟਾਰਗੇਟਿਡ ਕੰਮ ਕਰਦੇ ਨੇ, ਡਾਇਰੈਕਟਲੀ ਹਰਬ ਦਾ ਉਹ ਹਿੱਸਾ ਜਿਹੜੇ ਸਰੀਰ ਵਾਸਤੇ ਲਾਭਕਾਰੀ ਹੈ ਉਹ ਦਿੱਤਾ ਜਾਂਦਾ ਹੈ, ਡਾਇਰੈਕਟ ਸੈੱਲ ਐਬਜ਼ੋਰਪਸ਼ਨ ਹੁੰਦੀ ਹੈ। ਫਸਟ ਡੋਜ਼ ਤੋਂ ਐਲੋਪੈਥੀ ਵਕਨੀ ਆਯੁਰਵੇਦ ਵੀ ਬੜੀ ਤੇਜ਼ੀ ਨਾਲ ਕੰਮ ਕਰਦਾ, ਅਤੇ ਬਿਲਕੁਲ ਵੀ ਇਹ ਨਾ ਸੋਚੋ ਕਿ ਸਲੋ ਹੈ, ਵੈਰੀ ਕੁਇਕ ਰਿਕਵਰੀ ਮਿਲਦੀ ਹੈ ਜੀ ਆਯੁਰਵੇਦ ਨਾਲ, ਇਫ ਆਯੁਰਵੇਦਾ ਇਜ਼ ਬੇਸਡ ਔਨ ਫਾਈਟੋਕੈਮੀਕਲਸ, ਅਤੇ ਉਹੀ ਆਪਾਂ ਇਸਤੇਮਾਲ ਕਰਦੇ ਹਾਂ। ਸੋ ਬਿਲਕੁਲ, ਜੋ ਮਨ ਦੇ ਵਿੱਚ ਇੱਕ ਚੀਜ਼ ਸੀਗੀ ਕਿ ਟਾਈਮ ਲੱਗੇਗਾ, ਸੋ ਅੱਜ ਪ੍ਰੋਪਰ ਮੇਰੇ ਖਿਆਲ ਦੇ ਵਿੱਚ ਆਯੁਰਵੇਦ ਨੇ ਵੀ ਬਹੁਤ ਜ਼ਿਆਦਾ ਟੈਕਨੋਲੋਜੀ ਵਿੱਚ ਬਹੁਤ ਅੱਗੇ ਵੱਧ ਗਿਆ। ਸੋ ਜਿਵੇਂ ਡਾਕਟਰ ਨਵਦੀਪ ਸ਼ਰਮਾ ਜੀ ਹਮੇਸ਼ਾ ਸਾਡੇ ਸ਼ੋਅ ਦੇ ਵਿੱਚ ਆਉਂਦੇ ਨੇ, ਸੋ ਗੱਲ ਕੀਤੀ ਜਾਵੇ ਨਿਰੋਗਮ ਦੀ, ਅਤੇ ਇਹ ਨਹੀਂ ਹੈ ਕਿ ਛੋਟੀ ਜਿਹੀ ਬਿਮਾਰੀ, ਹਰ ਵੱਡੀ ਤੋਂ ਵੱਡੀ ਕੈਂਸਰ ਵਰਗੀ ਬਿਮਾਰੀ, HIV ਵਰਗੀ ਬਿਮਾਰੀ, ਹਰ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਇਹਨਾਂ ਦੇ ਥਰੂ ਲਿਆ ਕੀਤਾ ਜਾਂਦਾ। ਸੋ ਜੀ ਕਾਲਰ ਲੈ ਲੈਂਦੇ ਹਾਂ ਆਪਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੋ ਜੀ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ, ਤੁਸੀਂ ਦੁਬਾਰਾ ਸਾਨੂੰ ਕਾਲਜ ਕਰ ਸਕਦੇ ਹੋ, ਕਿਉਂਕਿ ਥੋੜ੍ਹੀ ਜਿਹੀ ਹੋ ਸਕਦਾ ਹੈ ਕਿ ਟੈਕਨੀਕਲ ਕੋਈ ਇਸ਼ੂ ਆ ਗਿਆ ਹੋਵੇ। ਸੋ ਗੱਲ ਚੱਲ ਰਹੀ ਸੀ ਨਿਰੋਗਮ ਦੀ, ਡਾਕਟਰ ਨਵਦੀਪ ਸ਼ਰਮਾ ਜੀ ਦੀ। ਸੋ ਬਹੁਤ ਹਰ ਵੱਡੀ ਤੋਂ ਵੱਡੀ ਬਿਮਾਰੀ ਜਿਹੜੀ ਆ ਉਹਦਾ ਟ੍ਰੀਟਮੈਂਟ ਵੀ ਕੀਤਾ ਜਾਂਦਾ ਹੈ, ਹਰ HIV ਕੈਂਸਰ ਵਰਗੀਆਂ ਬਿਮਾਰੀਆਂ ਦਾ ਟ੍ਰੀਟਮੈਂਟ ਵੀ ਕੀਤਾ ਜਾਂਦਾ ਹੈ। ਸੋ ਇੱਕ ਤਾਂ ਨੋਰਮਲੀ ਮੈਡੀਸਿਨਸ ਪ੍ਰੋਵਾਈਡ ਕਰਵਾਈਆਂ ਜਾਂਦੀਆਂ, ਜਿਵੇਂ ਕਿ ਆਪਾਂ ਹਮੇਸ਼ਾ ਕਰਦੇ ਕਿ ਇਨਡੋਰ ਐਕਟੀਵਿਟੀਜ਼ ਜਿਹੜੀਆਂ ਕਰਵਾਈਆਂ ਜਾਂਦੀਆਂ। ਸੋ ਸਰ, ਕਿਉਂਕਿ ਬਹੁਤ ਸਾਰੇ ਨਵੇਂ ਵਿਊਅਰਸ ਸਾਡੇ ਨਾਲ ਜੁੜਦੇ ਨੇ, ਸੋ ਇਨਡੋਰ ਐਕਟੀਵਿਟੀਜ਼ ਬਾਰੇ ਥੋੜ੍ਹਾ ਜਿਹਾ ਉਹਨਾਂ ਨੂੰ ਦੱਸ। ਬਿਲਕੁਲ ਜੀ, ਦੇਖੋ ਆਪਾਂ ਆਯੁਰਵੇਦ 'ਚ ਜਿਹੜਾ ਪੰਚਕਰਮਾ ਮੈਂਸ਼ਨਡ ਹੈ, ਜਿਹੜਾ ਕਿ ਯੁਕਤੀ ਵਿਭਾਸ਼ਾ ਚਿਕਿਤਸਾ ਦੱਸੀ ਗਈ ਹੈ, ਜਿਹਦੇ 'ਚ 5 ਪ੍ਰਕਾਰ ਦੀ ਮੇਨ ਪ੍ਰਕਿਰਿਆਵਾਂ ਨੇ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਏਗਾ ਕਦੀ ਵੀ ਤੁਸੀਂ ਆਯੁਰਵੇਦ ਦਾ ਕੋਈ ਵੀ ਬੈਨਰ ਤਿਕਨ ਵੀ ਅਗਰ ਦੇਖੋਗੇ ਤਾਂ ਮਟਕੇ 'ਚੋਂ ਤੇਲ ਗਿਰਿਆ ਹੁੰਦਾ ਮੋਸਟਲੀ ਮੱਥੇ ਦੇ ਉੱਪਰ, ਅਤੇ ਇਹੋ ਜਿਹੀਆਂ ਬੜੀਆਂ ਸਾਰੀਆਂ ਥੈਰੇਪੀਜ਼ ਨੇ ਜਿਹੜੀਆਂ ਕਿ ਆਯੁਰਵੇਦੀ ਸ਼ੋਧਨ ਚਿਕਿਤਸਾ ਦੇ ਅੰਦਰ ਆਉਂਦੀਆਂ ਨੇ। ਅਗਰ ਇਹਨਾਂ ਦਾ ਇਸਤੇਮਾਲ ਕੀਤਾ ਜਾਏ ਤਾਂ ਬੰਦੇ ਨੂੰ ਐਲੋਪੈਥਿਕ ਇਲਾਜ ਤੋਂ ਵੀ ਜਲਦੀ ਜਿਹੜਾ ਵਾ ਅਸਰ ਮਿਲਦਾ ਵਾ। ਇਹ ਸਾਰੀਆਂ ਦੀ ਸਾਰੀ ਚੀਜ਼ਾਂ ਆਪਾਂ ਪੇਸ਼ੈਂਟ ਨੂੰ ਆਪਣੇ ਕੋਲ ਰੱਖ ਕੇ ਕਰਵਾਉਂਦੇ ਹਾਂ, ਕਿਉਂਕਿ ਇੱਕ ਮਰੀਜ਼ ਨੂੰ ਦਵਾਈ ਦੇ ਦਈਏ ਅਤੇ ਉਹਨੂੰ ਹੌਲੀ ਹੌਲੀ ਆਪਾਂ ਜਿਹੜਾ ਵਾ ਫਰਕ ਪੈਣ ਦੇ ਉੱਪਰ ਛੱਡ ਦਈਏ, ਉਹ ਆਪਾਂ ਉਸ ਕੇਸ 'ਚ ਬਿਲਕੁਲ ਨਹੀਂ ਕਰਦੇ ਜਦੋਂ ਕਿ ਸਾਨੂੰ ਪਤਾ ਹੁੰਦਾ ਕਿ ਮਰੀਜ਼ ਬਹੁਤ ਜ਼ਿਆਦਾ ਤੰਗ ਹੈ। ਉਦੋਂ ਆਪਾਂ ਪ੍ਰੈਫਰ ਕਰਦੇ ਹਾਂ ਮਰੀਜ਼ ਨੂੰ ਆਪਣੇ ਕੋਲ ਰੱਖ ਕੇ ਇਲਾਜ ਕਰਨ ਦਾ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਆਪਣੇ ਇੰਡੋਰ ਪੰਚਕਰਮਾ ਸੈਂਟਰ 'ਚ ਕਰਦੇ ਹਾਂ। ਬਿਲਕੁਲ ਜੀ, ਬਿਲਕੁਲ। ਸੋ ਦਿੱਲੀ ਦੇ ਵਿੱਚ ਉਹ ਸੈਂਟਰ ਹੈ। ਸੋ ਜੀ ਬਾਕੀ ਜੇਕਰ ਤੁਹਾਡਾ ਪਲਾਨ ਹੈਗਾ ਇੰਡੀਆ ਆਉਣ ਦਾ ਤਾਂ ਤੁਸੀਂ ਦਿੱਲੀ ਸੈਂਟਰ ਦੇ ਵਿੱਚ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਜੇਕਰ ਕੋਈ ਪ੍ਰੋਬਲਮ ਹੈਗੀ ਆ ਤਦ ਵੀ ਤੁਸੀਂ ਇੰਡੋਰ ਐਕਟੀਵਿਟੀਜ਼ ਕਰਵਾ ਸਕਦੇ ਹੋ, ਜੇਕਰ ਨਹੀਂ ਵੀ ਹੈਗੀ ਵੈਸੇ ਹੀ ਵੀ ਕੱਲ੍ਹ ਨੂੰ ਕੋਈ ਬਿਮਾਰੀ ਆਵੇ ਨਾ ਜਾਂ ਤੁਸੀਂ ਰਿਲੈਕਸ ਹੋਣਾ ਚਾਹੁੰਦੇ ਹੋ ਤਦ ਵੀ ਤੁਸੀਂ ਇੰਡੋਰ ਐਕਟੀਵਿਟੀਜ਼ ਜਿਹੜੀਆਂ ਕਰਵਾਈਆਂ ਜਾਂਦੀਆਂ ਨੇ ਉਹ ਤੁਸੀਂ ਲੈ ਸਕਦੇ ਹੋ। ਬਾਕੀ ਕੋਈ ਮੈਡੀਸਿਨ ਮੰਗਵਾਉਣੀ ਹੈਗੀ ਹੈ ਤਾਂ ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ। ਹੈਲੋ 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 ਸੋ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਸੋ ਸਰ ਜਿਵੇਂ ਕਿ ਅੱਜ ਆਪਾਂ ਡਿਪਰੈਸ਼ਨ ਬਾਰੇ ਗੱਲਬਾਤ ਕੀਤੀ ਹੈ, ਪਰ ਇੱਕ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਖਾਸ ਕਰਕੇ ਨੇ ਜਿਨ੍ਹਾਂ ਦਾ ਤੁਸੀਂ ਮੰਨਦੇ ਹੋ ਕਿ ਆਯੁਰਵੇਦ ਦੇ ਵਿੱਚ ਟ੍ਰੀਟਮੈਂਟ ਲੈਣਾ ਸਭ ਤੋਂ ਬੈਟਰ ਹੈਗਾ? ਦੇਖੋ ਜਿੰਨੀਆਂ ਵੀ ਲਾਈਫ ਸਟਾਈਲ ਡਿਸਆਰਡਰਸ ਨੇ ਅੱਜ ਦੀ ਡੇਟ 'ਚ ਅਗਰ ਆਪਾਂ ਡਿਸੀਜ਼, ਹਾਂਜੀ 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 ਹਲੇ ਹਲੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਡਾਕਟਰ ਸਾਹਿਬ, ਹਾਂ ਬਿਲਕੁਲ ਜੀ, ਕਰੋ ਗੱਲ ਜੀ। ਹਾਂਜੀ ਹਾਂਜੀ ਕਰੋ ਜੀ।
ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਅੱਛਾ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਕਿ ਮੈਨੂੰ ਕੈਂਸਰ ਸੀ ਪਹਿਲੇ ਪਰ ਹੁਣ ਠੀਕ ਹੈ ਉਹ ਜੀ। ਹਾਂ ਜੀ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਮੈਨੂੰ ਪਹਿਲੇ ਕੈਂਸਰ ਸੀ ਹੁਣ ਠੀਕ ਹੈ ਪਰ ਉਹ ਗਾਂ ਤੋਂ ਮੈਂ ਕਿਹੜਾ ਕਰਾਂ ਜਿਹਦੇ ਨਾਲ ਮੁੜ ਕੇ ਹੋਏ ਨਾ। ਬਿਲਕੁਲ ਜੀ ਬਿਲਕੁਲ, ਇੱਕ ਤਾਂ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਜੀ ਕਿ ਤੁਸੀਂ ਅੱਜ ਤੰਦਰੁਸਤ ਹੋ। ਔਰ ਤੁਸੀਂ ਘਰ ਦੇ ਅੰਦਰ ਨਾ ਵੀਟ ਗਰਾਸ ਲੈਣੀ ਹੈ, ਵੀਟ ਗਰਾਸ ਨੈਚੁਰਲ ਤਰੀਕੇ ਨਾਲ ਤੁਸੀਂ ਉਗਾਉਣੀ ਹੈ। ਤੁਸੀਂ 12 ਜਾਂ 13 ਜਿਹੜੀਆਂ ਨਾ ਛੋਟੀਆਂ ਕਟੋਰੀਆਂ ਲਗਾ ਲਓ, ਜਿਹਦੇ 'ਚ ਥੋੜ੍ਹੀ ਥੋੜ੍ਹੀ ਮਿੱਟੀ ਪਾ ਲਓ। ਪਹਿਲੀ ਕਟੋਰੀ 'ਚ ਪਹਿਲੇ ਦਿਨ ਕਣਕ ਬੀਜਣੀ ਹੈ ਜੀ, ਦੂਜੀ ਕਟੋਰੀ 'ਚ ਦੂਜੇ ਦਿਨ, ਤੀਜੀ 'ਚ ਤੀਜੇ ਦਿਨ। ਇਸ ਤਰੀਕੇ ਨਾਲ ਜਦੋਂ ਤੁਸੀਂ 12ਵੀਂ 13ਵੀਂ ਕਟੋਰੀ ਤੱਕ ਪਹੁੰਚੋਗੇ ਨਾ ਕਣਕ ਬੀਜਦੇ, ਤਾਂ ਪਹਿਲੀ ਅੰਦਰ ਛੋਟੇ ਛੋਟੇ ਪੌਦੇ ਨਿਕਲ ਆਏ ਹੋਣਗੇ। ਉਹਨਾਂ ਪੌਦਿਆਂ ਦਾ ਤੁਸੀਂ ਜੂਸ ਪੀਣਾ ਕਰਨਾ ਜੀ ਰੋਜ਼ ਨਿਰਣੇ ਕਾਲ ਦੇ, ਤਕਰੀਬਨ 2-3 ਚਮਚੇ। ਬੈਸਟ ਚੀਜ਼ ਹੈ ਕਿ ਤੁਹਾਨੂੰ ਦੁਬਾਰਾ ਨਾ ਹੋਏ। ਹਾਂਜੀ ਹਾਂਜੀ ਹਾਂਜੀ, ਉਹਨੂੰ ਤੁਸੀਂ ਜੀ ਮਿਕਸੀ 'ਚ ਪੀਸ ਸਕਦੇ ਹੋ, ਤੁਸੀਂ ਚਮਚੇ ਨਾਲ ਪੀਸ ਸਕਦੇ ਹੋ, ਮਾੜਾ ਜਿਹਾ ਪਾਣੀ ਉਹਦੇ 'ਚ ਪਾ ਕੇ ਉਹ ਤੁਸੀਂ ਪੀਣਾ ਕਰਨਾ ਵਾ। ਇਹ ਤੁਸੀਂ ਰੂਟੀਨ 'ਚ ਜ਼ਰੂਰ ਲਓ, ਇਹ ਇੱਕ ਚੀਜ਼ ਹੈ ਜੀ। ਹਾਂਜੀ ਹਾਂਜੀ, ਪਾਣੀ ਕਿੰਨਾ ਪੀਣਾ? ਕਿਦਾਂ ਪਾਣੀ ਜੀ? ਰੋਜ਼ ਕਿੰਨਾ ਪਾਣੀ ਪੀਣਾ? ਪਾਣੀ ਤੁਸੀਂ ਰੋਜ਼ ਜੀ ਘੱਟੋ ਘੱਟ 2 ਲੀਟਰ ਜ਼ਰੂਰ ਪੀਓ, ਘੱਟੋ ਘੱਟ 2 ਲੀਟਰ। 2 ਲੀਟਰ ਪਰ ਵੀਟ ਦਾ ਜਿਹੜਾ ਪਾਣੀ ਨਿਕਲੇਗਾ ਉਹ ਤੇ ਥੋੜਾ ਹੀ ਨਿਕਲੇਗਾ? ਨਹੀਂ ਉਹ ਥੋੜਾ ਹੀ ਨਿਕਲੇਗਾ ਜੀ, ਉਹ ਥੋੜਾ ਹੀ, ਉਹ ਤੇ ਪਾਣੀ ਤੁਸੀਂ ਤੁਹਾਡਾ ਵੱਧ ਤੋਂ ਵੱਧ 2-3 ਚਮਚੇ ਨਿਕਲਣਾ ਜੀ ਭਰ ਕੇ। ਲੇਕਿਨ ਉਹ ਬੜਾ ਕਨਸੈਂਟ੍ਰੇਟਿਡ ਹੁੰਦਾ ਵਾ ਤੇ ਨੈਚੁਰਲ ਹੁੰਦਾ, ਉਹਦਾ ਤੁਹਾਨੂੰ ਬਹੁਤ ਫਾਇਦਾ ਵਾ, ਤੁਸੀਂ ਉਹ ਜ਼ਰੂਰ ਲਓ। ਦੂਜੀ ਇੱਕ ਨਾ ਇੱਕ ਪੇੜ ਹੈ ਉੱਥੇ ਵੀ ਮਿਲ ਜਾਂਦਾ, ਉਹ ਪੇੜ ਹੈ ਕਚਨਾਰ, ਇੱਥੇ ਵੀ ਕਚਨਾਰ ਹੁੰਦਾ ਵਾ, ਉੱਥੇ ਵੀ ਕਚਨਾਰ ਹੁੰਦਾ ਵਾ, ਜੇ ਅਵੇਲੇਬਲ ਹੋ ਪਾਏ। ਕੋਸ਼ਿਸ਼ ਕਰੋ ਕਿ ਤੁਸੀਂ ਜਿਹੜਾ ਕਚਨਾਰ ਹੈ, ਕਚਨਾਰ ਦੇ ਫੁੱਲ ਦੀ ਨਾ ਸਬਜ਼ੀ ਬਣਦੀ ਹੈ, ਆਮ ਮਿਲ ਜਾਂਦਾ ਕਚਨਾਰ, ਕਚਨਾਰ ਦੇ ਫੁੱਲ ਦੀ ਸਬਜ਼ੀ ਤੁਸੀਂ ਖਾਣੀ ਸ਼ੁਰੂ ਕਰੋ, ਤੁਹਾਡੇ ਵਾਸਤੇ ਉਹ ਬਹੁਤ ਵਧੀਆ ਰਹੇਗੀ, ਐਂਟੀ ਟਿਊਮਰ ਹੁੰਦੀ ਹੈ ਜੀ ਉਹ। ਤੀਜੀ ਕੋਸ਼ਿਸ਼ ਤੁਸੀਂ ਇਹ ਕਰਨੀ ਹੈ ਕਿ ਸਟੀਲ ਦੇ ਭਾਂਡੇ ਅੰਦਰ ਜਿਹੜੀ ਇਹ ਚੀਜ਼ ਗਰਮ ਨਹੀਂ ਕਰਨੀ। ਅਗਰ ਆਪਾਂ ਸਟੀਲ ਦੇ ਭਾਂਡੇ 'ਚ ਚੀਜ਼ ਗਰਮ ਕਰਦੇ ਹਾਂ, ਕਾਰਸੀਨੋਜੈਨਿਕ ਬਣ ਜਾਂਦੀ ਹੈ, ਉਹਦੇ ਨਾਲੋਂ ਤੁਸੀਂ ਬਚੋ। ਅਤੇ ਜੇ ਤੁਸੀਂ ਕੋਈ ਕੰਬੀਨੇਸ਼ਨ ਲੈਣਾ ਚਾਹੋ, ਕਚਨਾਰ ਗੁੱਗੂਲ ਇੱਕ ਐਸੀ ਚੀਜ਼ ਹੈ ਜਿਹੜੀ ਕਿ ਪੂਰੇ US ਚੀਜ਼ ਲਈ ਅਵੇਲੇਬਲ ਹੈ। ਕਚਨਾਰ ਗੁੱਗੂਲ ਤੁਸੀਂ ਰੂਟੀਨ 'ਚ ਐਜ਼ ਅ ਕੈਂਸਰ ਪ੍ਰੀਵੈਂਟਿਵ ਮੈਡੀਸਨ ਲੈ ਸਕਦੇ ਹੋ ਜੀ। ਕਚਨਾਰ ਗੁੱਗਲ? ਜੀ ਜੀ ਜੀ, ਕਚਨਾਰ ਗੁੱਗਲ। ਸਬਜ਼ੀ ਮੰਡੀ ਤੋਂ ਮਿਲੇਗੀ? ਨਹੀਂ ਨਹੀਂ, ਇਹ ਤਾਂ ਤੁਹਾਨੂੰ ਕਿਸੇ ਵੀ ਆਯੁਰਵੈਦਿਕ ਸਟੋਰ ਤੋਂ ਮਿਲ ਜਾਏਗੀ ਜਾਂ ਸਾਡੇ ਸਟੋਰਸ ਤੋਂ ਵੀ ਤੁਸੀਂ ਲੈ ਸਕਦੇ ਹੋ, US 'ਚ ਅਵੇਲੇਬਲ ਹੈ ਕਚਨਾਰ ਗੁੱਗਲ। ਕਚਨਾਰ ਦਾ ਜਿਹੜੀ ਫਲੀ ਹੈ, ਜਿਹੜਾ ਕਚਨਾਰ ਦਾ ਫੁੱਲ ਹੈ ਨਾ, ਉਹਦੀ ਸਬਜ਼ੀ ਤੁਸੀਂ ਲੈ ਕੇ ਖਾ ਸਕਦੇ ਹੋ, ਅਤੇ ਜੇ ਮੈਡੀਸਿਨ ਫਾਰਮ 'ਚ ਖਾਣਾ ਚਾਹੁੰਦੇ ਹੋ ਤਾਂ ਕਚਨਾਰ ਗੁੱਗਲ ਬਹੁਤ ਹੀ ਵਧੀਆ ਕੰਬੀਨੇਸ਼ਨ ਹੈ ਜੀ। ਕਚਨਾਰ ਫੁੱਲ ਦੀ ਸਬਜ਼ੀ ਤੇ ਜਿਹੜਾ ਕਚਨਾਰ ਗੁੱਗਲ ਆ ਉਹ ਟੇਬਲੇਟ ਫਾਰਮ 'ਚ ਹੈ ਜੀ, ਤੁਸੀਂ ਟੇਬਲੇਟ ਫਾਰਮ 'ਚ 2 ਗੋਲੀਆਂ ਸਵੇਰੇ ਤੇ 2 ਗੋਲੀਆਂ ਸ਼ਾਮੀ ਖਾਣੀਆਂ ਨੇ। ਬਿਲਕੁਲ ਜੀ, ਹਰੜ ਤੁਸੀਂ ਵੀ ਲੈ ਸਕਦੇ ਹੋ ਜੀ, ਹਰੜ ਤੁਹਾਡੇ ਵਾਸਤੇ ਵੀ ਬਹੁਤ ਚੰਗੀ ਹੈ। ਅਗਰ ਹਰੜ ਅਵੇਲੇਬਲ ਹੈ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਤਕਰੀਬਨ 2.5 ਗ੍ਰਾਮ ਹਰੜ ਸਵੇਰੇ ਤੇ 2.5 ਗ੍ਰਾਮ ਹੀ ਸ਼ਾਮੀ ਲੈਣੀ ਸ਼ੁਰੂ ਕਰੋ, ਤੁਹਾਡੇ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਬਿਲਕੁਲ ਜੀ, ਥੈਂਕ ਯੂ ਜੀ। ਸੋਜੀ ਆਪਾਂ ਅਗਲੇ ਕਾਲਰ ਲੈ ਲੈਂਦੇ ਹਾਂ ਜੀ। ਹਲੇ ਹਲੇ ਹਾਂ ਜੀ ਡਾਕਟਰ ਸਾਹਿਬ। ਹਾਂ ਜੀ ਹਾਂ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਹਾਂ ਜੀ, ਡਾਕਟਰ ਸਾਹਿਬ ਮੈਂ 79 ਈਅਰ ਓਲਡ। ਹਾਂ ਜੀ ਹਾਂ ਜੀ, ਆਈ ਗਾਟ ਮੈਕੁਲਰ ਐਡੀਮਾ। ਓਕੇ, ਲੈਫਟ ਆਈ। ਇਜ਼ ਦੇਅਰ ਐਨੀ ਕਿਉਰ ਫਰਮ ਯੂ on this problem? Sir, for macular edema, basically we go for akshitarpanam. Akshitarpan ik khas tarah da procedure hai, tusi ek vari net te dekhna nu akshitarpan nu, jide ch apan trifla ghritik sade kol medicated ghee aanda va, oh aaye de upar ik proper tarike nal collect karida, it is very good for macular edema. Oh kita ja sakda va, lekin ohde ch challenge ehi aayega ki ya te main hun jadon agge US ch aa rya va, tusi ek vari mere kol samajh jayo aake ki kis tarah karna va, fir tusi ghar ch kar sakde ho. ਅਤੇ ਜੇ ਤੁਹਾਡਾ ਇੰਡੀਆ ਵਾਲੇ ਪਾਸੇ ਚੱਕਰ ਲੱਗਣਾ, ਦੈਨ ਯੂ ਕੈਨ ਸਟੇ ਹੇਅਰ ਦੇਅਰ ਵਿਦ ਅਸ, ਕਿਉਂਕਿ ਮੈਕਲੋਰ ਓਡੀਮਾ ਨੂੰ ਠੀਕ ਕਰਨ ਵਾਸਤੇ ਮੈਨੂੰ ਅਕਸ਼ੀ ਦਰਪਣ ਕਰਵਾਉਣਾ ਪੈਣਾ ਹੈ। ਖਾਣ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਦੇਰ ਇਜ਼ ਵਨ ਮੈਡੀਸਿਨ ਵਿਚ ਕੈਨ ਹੈਲਪ ਯੂ ਇਨ ਈਟਿੰਗ, ਉਹ ਹੈ ਸਪਤਾਮ੍ਰਿਤ ਲੋਹ। ਤੁਸੀਂ ਟਰਾਈ ਕਰੋ ਅਗਰ ਤੁਹਾਨੂੰ US 'ਚ ਮਿਲ ਸਕੇ, ਸਪਤਾਮ੍ਰਿਤ ਲੋਹ ਇਹ ਤੁਸੀਂ ਨਾਲ ਲੈ ਸਕਦੇ ਹੋ। ਨਹੀਂ 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 ਸਰ, ਤੁਹਾਨੂੰ ਮਿਲ ਜਾਏਗੀ। ਸਰ ਮੇਰਾ ਨਿਊਯਾਰਕ 'ਚ ਚੱਕਰ ਲੱਗੇਗਾ, ਅਰਾਊਂਡ
ਤੁਸੀਂ ਲਗਾ ਲਓ 15-16th ਆਫ ਜੂਨ ਨੂੰ ਤੁਸੀਂ ਟਰਾਈ ਕਰਨਾ, ਤੁਸੀਂ ਮਿਲ ਸਕੋ ਤੇ ਆਈ ਵਿਲ ਡੈਫੀਨਿਟਲੀ ਟਰਾਈ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਸਕਾਂ। ਤੇ ਤੁਸੀਂ ਜਸ ਪੰਜਾਬੀ ਟੀਵੀ ਤੇ ਆਓਗੇ? ਮੈਂ ਉੱਥੇ ਵੀ ਆਵਾਂਗਾ ਜੀ, ਇਸ ਤੋਂ ਇਲਾਵਾ ਮੇਰਾ ਨਿਊਯਾਰਕ ਜਿਹੜਾ ਸੈਂਟਰ ਹੈ ਮੈਂ ਉੱਥੇ ਵੀ ਆਵਾਂਗਾ, ਉਹ ਡਿਟੇਲਸ ਤੁਹਾਨੂੰ ਸਾਰੀ ਦੀ ਸਾਰੀਆਂ ਨੰਬਰਸ ਤੋਂ ਮਿਲ ਸਕਦੀਆਂ ਨੇ ਤੇ ਤੁਸੀਂ ਕੋਸ਼ਿਸ਼ ਕਰਨਾ ਮੈਨੂੰ ਮਿਲਣਾ। ਆਈ ਵਿਲ ਗਾਈਡ ਯੂ ਫਾਰ ਮੈਕਲੋਰੋਡੀਮਾ ਓਵਰ ਦੇਅਰ ਸਰ। ਤੇ ਤੁਹਾਡਾ ਨਾਮ ਕੀ ਹੈਗਾ? ਡਾਕਟਰ ਨਵਦੀਪ ਸ਼ਰਮਾ ਜੀ ਹੈ ਜੀ ਇਹਨਾਂ ਦਾ ਨਾਮ। ਤੇ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਨਾ ਇਹ ਵਾਲੇ ਨੰਬਰ ਨੋਟ ਕਰ ਲਓ ਤੁਸੀਂ, ਤੇ ਇਹ ਨੰਬਰ ਤੇ ਕਾਲ ਕਰਕੇ ਸੈਂਟਰ ਦਾ ਐਡਰੈਸ ਲੈ ਲਿਓ ਤੇ ਉਹ ਤੁਹਾਨੂੰ ਦੱਸ ਦੇਣਗੇ ਕਿ ਕਿਸ ਤੇ। ਇਹ ਨੰਬਰ ਇੰਡੀਆ ਦੇ ਨੇ? ਨਹੀਂ ਸਰ, ਇਹ ਯੂਐਸ ਦੇ ਟੋਲ ਫ੍ਰੀ ਨੰਬਰ ਨੇ ਜੀ, ਇਹ ਯੂਐਸ ਦੇ ਟੋਲ ਫ੍ਰੀ ਨੰਬਰ ਨੇ ਯੂਐਸ ਦੇ। ਹਾਂਜੀ ਹਾਂਜੀ, ਓਕੇ ਜੀ, ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ, ਮਿਲ ਸਕਦੇ ਹੋ। ਹਾਂਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, 4 ਜੂਨ ਤੋਂ ਲੈ ਕੇ 18 ਜੂਨ ਤੱਕ ਯੂਐਸ ਏ ਹੋਣਗੇ ਡਾਕਟਰ ਨਵਦੀਪ ਸ਼ਰਮਾ ਜੀ, ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਪ੍ਰੋਪਰ ਜਾਣਕਾਰੀ ਲੈਣੀ ਹੈਗੀ ਹੈਲਪਲਾਈਨ ਨੰਬਰ ਜੋ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ ਤੇ ਕਾਲ ਕਰਕੇ ਮੈਡੀਸਿਨਸ ਮੰਗਵਾ ਸਕਦੇ ਹੋ, ਪ੍ਰੋਪਰ ਜਾਣਕਾਰੀ ਲੈ ਸਕਦੇ ਹੋ, ਸੈਂਟਰਸ ਦਾ ਪ੍ਰੋਪਰ ਐਡਰੈਸ ਲੈ ਸਕਦੇ ਹੋ। ਸੋ ਬਾਕੀ ਜਿਹੜੇ ਕਿ ਆਫਿਸ ਵੱਲੋਂ ਤੁਹਾਡੇ ਨੰਬਰਸ ਅਸੀਂ ਨੋਟ ਕਰ ਲਾਂਗੇ ਜੀ, ਉਹ ਵੀ ਤੁਹਾਨੂੰ ਫੋਲੋ ਕਰਨਗੇ। ਬਾਕੀ ਤੁਸੀਂ ਸ਼ੋਅ ਦੇਖ ਸਕਦੇ ਹੋ ਜੀ ਅੱਜ ਦਾ ਦਿਨ 6:40 ਤੇ, ਕੱਲ੍ਹ ਤੋਂ ਤੁਸੀਂ ਪੂਰੇ 11 ਵਜੇ ਮੰਡੇ ਟੂ ਫਰਾਈਡੇ ਸ਼ੋਅ ਦੇਖ ਸਕਦੇ ਹੋ। ਬਹੁਤ ਸਾਰੀਆਂ ਬਿਮਾਰੀਆਂ ਬਾਰੇ ਅਸੀਂ ਡਿਸਕਸ਼ਨ ਕਰਦੇ ਹਾਂ, ਡੇਲੀ ਡੋਜ਼ ਤੋਂ ਤੁਰੰਤ ਬਾਅਦ ਤੁਸੀਂ ਇਹ ਵਾਲਾ ਸ਼ੋਅ ਦੇਖ ਸਕਦੇ ਹੋ ਸਾਡਾ। ਸੋ ਥੈਂਕ ਯੂ ਸੋ ਮੱਚ ਸਰ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਆਉਂਦੇ ਹੋ ਤੇ ਇਹ ਸਾਰੀ ਜਾਣਕਾਰੀ ਸਾਡੀ ਆਡੀਅੰਸ ਨੂੰ ਪ੍ਰੋਵਾਈਡ ਕਰਵਾ। ਸਤਿ ਸ਼੍ਰੀ ਅਕਾਲ ਜੀ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਤੇ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।